ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਢਾਲੀਵਾਲ ਕਲਾਸ ਦੇ ਵਿੱਚ ਜੋ ਮਾਸਟਰ ਕੁਕਟਰ ਪੰਜਾਬੀ ਦੀਆਂ ਕਲਾਸਾਂ ਚੱਲ ਰਹੀਆਂ ਨੇ ਉਸ ਦੇ ਵਿੱਚ ਅੱਜ ਦਾ ਆਪਣਾ ਵਿਸ਼ਾ ਹੈ ਜੀ ਜੋ ਆਪਾਂ ਅਦਰਿਕ ਕਾਵ ਸਟਾਰਟ ਕਰ ਰਹੇ ਹਾਂ ਉਸ ਦੇ ਵਿੱਚ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਦੀ ਜੋ ਪੰਜਾਬੀ ਸਾਹਿਤ ਖੇਤਰ ਦੇ ਵਿੱਚ ਦੇਣ ਹੈ ਉਸ ਦੀ ਵਿਚਾਰ ਚਰਚਾ ਕਰਾਂਗੇ ਉਹਨਾਂ ਦੇ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਦੇਣ ਹੈ ਕਿਹੜੀਆਂ-ਕਿਹੜੀਆਂ ਰਚਨਾਵਾਂ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਦਾ ਨਾਮ ਬੜੇ ਹੀ ਮਾਣ ਸਤਿਕਾਰ ਦੇ ਨਾਲ ਲਿਆ ਜਾਂਦਾਗਾ ਉਹਨਾਂ ਦੀ ਸਾਹਿਤ ਖੇਤਰ ਦੇ ਵਿੱਚ ਜੋ ਰੱਖਣਤਾ ਹੈ ਉਸ ਦੀ ਗੱਲਬਾਤ ਕਰਾਂਗੇ ਕਿਹੜੀਆਂ ਰਚਨਾਵਾਂ ਨੇ ਉਹਨਾਂ ਦੀਆਂ ਬਹੁਤ ਜ਼ਿਆਦਾ ਪ੍ਰਸਿੱਧ ਨੇ ਤੇ ਕੁਝ ਰਚਨਾਵਾਂ ਇਸ ਤਰ੍ਹਾਂ ਦੀਆਂ ਵੀ ਨੇ ਜਿਨ੍ਹਾਂ ਦੇ ਬਾਰੇ ਡਿਟੇਲ ਖਾਸ ਤੌਰ ਤੇ ਆਪਾਂ ਉਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਤੁਹਾਨੂੰ ਕੁਝ ਖਾਸ ਪੱਖਾਂ ਤੋਂ ਹੰਜੀ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਦੇ ਜੀਵਨ ਕਾਲ ਦੀ ਆਪਾਂ ਗੱਲਬਾਤ ਕਰਾਂਗੇ ਜਦੋਂ ਉਹ ਆਪਾਂ ਨੂੰ ਵੇਖਣ ਨੂੰ ਮਿਲਦਾ ਜੀ 1700 72 ਤੋਂ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਦੇ ਜੋ ਜੀਵਨ ਕਾਲਾ ਜੀ 1872 ਤੋਂ ਲੈ ਕੇ 1957 ਤੱਕ ਦਾ ਤੇ ਕਈ ਜਗ੍ਹਾ ਜਾਂ ਪਾ ਦੇਖੀ ਯੂਨੀਵਰਸਿਟੀ ਦੀਆਂ ਕਿਤਾਬਾਂ ਦੇ ਵਿੱਚ ਇਹ 58 ਵੀ ਤੁਹਾਨੂੰ ਵੇਖਣ ਨੂੰ ਮਿਲਦੇਗਾ ਤਾਂ ਉਥੇ ਤੁਸੀਂ ਸਮਝ ਜਾਣਾ ਤਾਂ ਖੋ ਜਿਆਦੇ ਫਰਕ ਨਹੀਂ ਆਪਾਂ ਨੂੰ ਵੇਖਣ ਨੂੰ ਮਿਲਦਾ ਇੱਕ ਅੱਧੇ ਸਾਲ ਦਾ ਫਰਕ ਕਿਤੇ ਨਾ ਕਿਤੇ ਵੇਖਣ ਨੂੰ ਮਿਲਦਾਗਾ ਪੰਜਾਬੀ ਦੇ ਕਲੋਜ਼ੀ ਮਹਾਨ ਕਵੀ ਹੋਇਆ ਤੇ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਮੰਨਿਆ ਜਾਂਦਾਗਾ ਪਾਈ ਵੀਰ ਸਿੰਘ ਦਾ ਜਨਮ ਹੋਇਆ ਸੀ 5 ਦਸੰਬਰ 1872 ਨੂੰ ਹੋਇਆ ਸੀ ਪਿਤਾ ਚਰਨ ਸਿੰਘ ਮਾਤਾ ਦਾ ਨਾਮ ਨੋਟ ਕਰ ਲੈਣਾ ਜੀ ਸਰਦਾਰਨੀ ਉੱਤਮ ਕੌਰ ਜੀ ਤੇ ਕਿੱਥੇ ਹੋਇਆ ਸੀਗਾ ਜੀ ਅੰਮ੍ਰਿਤਸਰ ਉਹਨਾਂ ਦੇ ਘਰ ਹੋਇਆ ਸੀਗਾ ਪਾਈ ਵੀਰ ਸਿੰਘ ਦੇ ਆਪਾਂ ਗੱਲਬਾਤ ਕਰੀਏ ਤਾਂ ਉਹਨਾਂ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। ਉਹਨਾਂ ਦੀ ਰਚਨਾ ਬਹੁਪੱਖੀ ਹੈ। ਆਪ ਜੀ ਦੀ ਗੱਲ ਕਰਦੇ ਹਾਂ ਜਦੋਂ ਪਾਈ ਵੀਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਵਿਤਾ ਦੇ ਖੇਤਰ ਵਿੱਚ ਵਾਰਤਕ, ਨਾਵਲ, ਨਾਟਕ ਜਿਹੜੀਆਂ ਰਚਨਾਵਾਂ ਕੀਤੀਆਂ ਨੇ। ਆਧੁਨਿਕ ਸਾਹਿਤ ਤੇ ਪੰਜਾਬੀ ਸਾਹਿਤ ਦਾ ਖੇਤਰ ਆਰੰਭ ਉਹਨਾਂ ਦੇ ਨਾਮ ਉਹਨਾਂ ਦੀ ਰਚਨਾ ਦੇ ਨਾਲ ਹੁੰਦਾ ਹੈਗਾ। ਇਸ ਤੋਂ ਇਲਾਵਾ ਜੀ ਸਿੱਖ ਇਤਿਹਾਸ ਲਿਖਣ ਅਤੇ ਉਹਨਾਂ ਦੇ ਸੰਪਾਦਨ ਕਰਨ ਦਾ ਕੰਮ ਵੀ ਕੀਤਾ ਇਹ ਖਾਸ ਤੌਰ ਤੇ ਨੋਟ ਕਰ ਲਿਓ ਜੀ ਕਈ ਵਾਰ ਉਹਨਾਂ ਦਾ ਇਹ ਬਾਰੇ ਇਹ ਵਿਚਾਰ ਚਰਚਾ ਨਹੀਂ ਹੁੰਦੀ ਖਾਸ ਤੌਰ ਤੇ ਨਾਵਲ ਨਾਟਕਾਂ ਦਾ ਕੀ ਸੀਮਤ ਰਹਿ ਜਾਂਦੇ ਜਦੋਂ ਕਿ ਸਿੱਖ ਇਤਿਹਾਸ ਲਿਖਣ ਦੀ ਤੇ ਉਹਨੂੰ ਸੰਪਾਦਨ ਕਰਨ ਦੀ ਜੋ ਕੰਮ ਕੀਤਾਗਾ ਉਹ ਖਾਸ ਤੌਰ ਤੇ ਹੈ ਜੀ ਭਾਈ ਵੀਰ ਸਿੰਘ ਦੇ ਆਪਾਂ ਗੱਲਬਾਤ ਕਰ ਗਏ ਜੀ ਪਿਤਾ ਹਿੰਦੀ ਸੰਸਕ੍ਰਿਤ ਤੇ ਬ੍ਰਜ ਭਾਸ਼ਾ ਦੇ ਵਿਦਵਾਨ ਸਨ ਤੇ ਸਿੰਘ ਸਭਾ ਲਹਿਰ ਦੇ ਕਹ ਲਓ ਜੀ ਸੰਚਾਲਕਾਂ ਦੇ ਵਿੱਚੋਂ ਸਨ ਜੀ ਖਾਸ ਤੌਰ ਤੇ ਨੋਟ ਕਰ ਲਿਓ ਜੀ ਇਹਨਾਂ ਦੇ ਬਾਰੇ ਕਿ ਕਿਹੜੇ-ਕਿਹੜੇ ਉਹ ਭਾਸ਼ਾਵਾਂ ਜਾਣਦੇ ਸੀਗੇ ਜੀ ਉਹਨਾਂ ਦੇ ਪਿਤਾ ਤੇ ਕਿਹੜੇ ਕੈਲੋਜੀ ਲਹਿਰ ਦੇ ਨਾਲ ਪ੍ਰਭਾਵਿਤ ਸੀ ਪਿਤਾ ਦੀ ਸਫਲਤਾ ਕੁਦਰਤੀ ਗੱਲ ਹੈ ਉਹਨਾਂ ਦੇ ਬੱਚੇ ਤੇ ਪ੍ਰਭਾਵ ਪਾਏਗਾ ਭਾਈ ਵੀਰ ਸਿੰਘ ਤੇ ਵੀ ਇਹ ਡੂੰਗਾ ਪ੍ਰਭਾਵ ਪੈਂਦਾ ਪਿਤਾ ਜੀ ਨੇ ਜੀ ਉਹਨਾਂ ਨੂੰ ਰਵਾਇਤੀ ਗੱਲਬਾਤ ਕਰੀਏ ਜੀ ਭਾਰਤੀ ਅਤੇ ਆਧੁਨਿਕ ਦੋਵੇਂ ਹੀ ਕਿਸਮ ਦੀ ਵਿਦਿਆ ਹਾਸਲ ਕੀਤੀ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਦੋਨੇ ਤਰ੍ਹਾਂ ਦੀ ਉਹਨਾਂ ਨੂੰ ਦਵਾਈ ਆ ਵਿਦਿਆ ਉਹ ਵੇਖਣ ਨੂੰ ਮਿਲਦੀ ਹੈ ਜੀ ਪੜਾਈ ਉਸ ਤੋਂ ਇਲਾਵਾ ਜੀ ਭਾਈ ਜਨੇ ਜੀ ਫਾਰਸੀ ਉਰਦੂ ਸੰਸਕ੍ਰਿਤ ਜੋ ਗ੍ਰੰਥਾ ਦਾ ਗਿਆਨ ਵੀ ਹਾਸਲ ਕੀਤਾ ਤੇ ਉਹ 400 ਸਕੂਲ ਮਿਸ਼ਨ ਸਕੂਲ ਅੰਮ੍ਰਿਤਸਰ ਵਿਖੇ ਵੀ ਪੜਦੇ ਆ ਜੀ ਖਾਸ ਨੋਟ ਕਰ ਲੈਣਾ ਜੀ ਭਾਈ ਵੀਰ ਸਿੰਘ ਦੇ ਉਹ 400 ਸਕੂਲ ਦੇ ਵਿੱਚ ਵੀ ਪੜੇ ਹੋਏ ਆ ਜੀ ਖਾਸ ਤੌਰ ਤੇ ਤੇ 1891 ਦੇ ਵਿੱਚ ਉਹਨਾਂ ਨੇ ਮੈਟ੍ਰਿਕ ਦੀ ਪ੍ਰੀਖਿਆ ਦੀ ਗੱਲਬਾਤ ਕਰਦੇ ਆ ਤਾਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਅੱਬਲ ਰਹੇ ਸੀਗੇ ਤੇ ਇਸ ਤੋਂ ਬਾਅਦ ਆਪਾਂ ਗੱਲਬਾਤ ਕਰੀਏ ਜੀ ਭਾਈ ਵੀਰ ਸਿੰਘ ਦੇ ਸੀਨੀਅਰ ਸੈਕੰਡਰੀ ਸਕੂਲ ਵੀ ਚਰਚ ਜੋ ਮਿਸ਼ਨ ਹਾਈ ਸਕੂਲ ਹੈ ਜੀ ਉੱਥੋਂ ਵਿੱਦਿਆ ਪ੍ਰਾਪਤ ਕੀਤੀ ਹੈ ਤੇ ਇਸ ਸਕੂਲ ਦੇ ਵਿੱਚ ਹੀ ਪੜ੍ਹਦੇ ਆ ਭਾਈ ਜੀ ਵੀਰ ਸਿੰਘ ਦੇ ਜਮਾਤਿਆਂ ਨੇ ਧਰਮ ਪਰਿਵਰਤਨ ਕਰ ਲਿਆ ਸੀ ਤਾਂ ਜਿਸ ਕਰਕੇ ਉਹ ਕੁਝ ਪ੍ਰਭਾਵਿਤ ਹੁੰਦੇ ਨੇ ਤੇ ਇਸਾਈ ਮਤ ਧਾਰਨ ਕੀਤਾ ਸੀ ਪਰ ਭਾਈ ਵੀਰ ਸਿੰਘ ਨੇ ਜੀ ਸਿੱਖੀ ਜੋ ਸੱਚਕ ਦੀ ਗੱਲਬਾਤ ਹੁੰਦੀ ਹੈ ਜੀ ਉਹਨੂੰ ਕਾਇਮ ਰੱਖਿਆ ਇਹ ਖਾਸ ਗੱਲ ਨੋਟ ਕਰਿਓ ਜੀ ਜੋ ਉਹਨਾਂ ਦੀ ਲਾਈਫ ਦੇ ਵਿੱਚ ਪਰਿਵਰਤਨ ਆਉਣ ਵਾਲਾ ਦੌਰ ਹੈ ਜੀ ਇੱਥੋਂ ਸ਼ੁਰੂ ਹੁੰਦਾ ਜਦੋਂ ਉਹ ਕਿੱਥੇ ਪੜ ਰਹੇ ਸੀ ਸਕੈਂਡਰੀ ਸਕੂਲ ਦੇ ਵਿੱਚ ਜਮਾਤੀਆਂ ਨੇ ਜੋ ਧਰਮ ਪਰਿਵਰਤਨ ਕੀਤਾ ਸੀ ਉਸ ਤੋਂ ਬਾਅਦ ਇਹ ਜਿਹੜਾ ਹੈਗਾਗਾ ਸਿੱਖ ਧਰਮ ਨੂੰ ਪ੍ਰੋਮੋਟ ਕਰਦੇ ਨੇ ਜੀ ਸਿੱਖ ਧਰਮ ਦੇ ਸਿਧਕ ਨੂੰ ਕਾਇਮ ਰੱਖਦੇ ਨੇ ਉਹਨਾਂ ਦੀ ਗੱਲਬਾਤ ਕਰਦੇ ਨੇ ਤੇ ਉਹਨਾਂ ਦੀਆਂ ਰਚਨਾਵਾਂ ਕਰਦੇ ਨੇ ਇਸੇ ਸਮੇਂ ਹੀ ਇਸਾਈ ਮਿਸਰਨੀਆਂ ਦਾ ਪ੍ਰਚਾਰ ਹੋ ਰਿਹਾ ਸੀਗਾ ਜਿਹੜੀ ਗੱਲ ਖਾਸ ਤੌਰ ਤੇ ਨੋਟ ਕਰਨ ਵਾਲੀ ਹੈ ਤੇ ਪ੍ਰਤੀਕਰਮ ਦੇ ਵਜੋਂ ਆਪਾਂ ਦੇਖਦੇ ਹਾਂ ਜੀ ਜੋ ਵੱਖ-ਵੱਖ ਜੋ ਸਮਾਜ ਸੀਗੇ ਵੱਖ-ਵੱਖ ਜੋ ਹੈਗੇ ਸੀ ਜੀ ਆਪਦਾ ਆਪਦਾ ਯੋਗਦਾਨ ਪਾ ਰਹੇ ਸੀ ਜਿਵੇਂ ਐਮ ਦੀ ਜੋ ਆਰਿਆ ਸਮਾਜ ਦੀ ਲਹਿਰਾਂ ਨੇ ਉਰਦੂ ਹਿੰਦੀ ਤੇ ਰਾਹੀਂ ਪ੍ਰਚਾਰ ਕਰ ਰਹੀਆਂ ਸਨ ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਵਿੱਚ ਤੇ ਸਿੱਖ ਧਰਮ ਦੀ ਰੱਖਿਆ ਦੇ ਲਈ ਮੈਦਾਨ ਦੇ ਵਿੱਚ ਪ੍ਰਵੇਸ਼ ਕਰਦੀ ਹੈ ਇਹ ਖਾਸ ਤੌਰ ਤੇ ਨੋਟ ਕਰ ਲਿਓ ਜੀ ਜੋ ਗੱਲਬਾਤ ਕਰ ਰਹੇ ਹਾਂ ਕਿ ਕਿਹੜੀਆਂ-ਕਿਹੜੀਆਂ ਲਹਿਰਾਂ ਸੀ ਇਸਾਈ ਮਿਸਰनियां ਹੋਈਆਂ ਜੀ ਦੂਸਰੀ ਸਾਈਡ ਤੋਂ ਕਿਹੜੀਆਂ ਲਹਿਰਾਂ ਹੋਈਆਂ ਜੀ ਤੇ ਸਿੰਘ ਸਵਾ ਲਹਿਰ ਪੰਜਾਬੀ ਤੇ ਸਿੱਖੀ ਧਰਮ ਦੀ ਰੱਖਿਆ ਦੇ ਲਈ ਉਹ ਪ੍ਰਚਾਰ ਕਰ ਰਹੀ ਸੀਗੀ ਤੇ ਇਹ ਲਹਿਰ ਦੀ ਆਪਾਂ ਲਹਿਰ ਦੀ ਗੱਲ ਕਰੀਏ ਸਭ ਤੋਂ ਵੱਧ ਹਿੱਸਾ ਕਿਹਨੇ ਲਿਆ ਸੀਗਾ ਜੀ ਭਾਈ ਵੀਰ ਸਿੰਘ ਨੇ ਉਹਦੇ ਵਿੱਚ ਯੋਗਦਾਨ ਪਾਇਆ ਜੀ ਹਿੱਸਾ ਲੈ ਕੇ ਇਹ ਆਪਾਂ ਨੂੰ ਵੇਖਣ ਨੂੰ ਮਿਲਦਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ 1891 ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਭਾਈ ਵੀਰ ਸਿੰਘ ਨੇ ਮੈਟ੍ਰਿਕ ਪਾਸ ਕੀਤੀ ਸੀ ਤੇ ਉਹ ਪੰਜਾਬੀ ਸਹਿਤ ਕਹੋ ਜੀ ਪੰਜਾਬ ਦੀ ਸਿੱਖ ਧਾਰਮਿਕ ਲਹਿਰਾਂ ਦੇ ਆਗੂ ਬਣ ਗਏ ਸੀ ਇਹ ਨੋਟ ਕਰ ਲੈਣਾ ਜੀ 1891 ਦੀ ਗੱਲਬਾਤ ਹੋ ਰਹੀ ਹੈ ਪੰਜਾਬ ਦੀਆਂ ਸਿੱਖ ਧਾਰਮਿਕ ਲਹਿਰਾਂ ਦੇ ਆਗੂ ਬਣਦੇ ਆ 93 ਦੀ ਗੱਲਬਾਤ ਕਰੀਏ ਜੀ ਉਹਨਾਂ ਨੇ ਖਾਲਸਾ ਜੋ ਟ੍ਰੈਕਟ ਸੁਸਾਇਟੀ ਹੈ ਉਹਦੀ ਸਥਾਪਨਾ ਕੀਤੀ ਹੈ ਜੀ ਉਸ ਤੋਂ ਬਾਅਦ 98 ਦੇ ਵਿੱਚ ਉਹਨਾਂ ਨੇ ਵਜ਼ੀਦ ਹਿੰਦ ਪ੍ਰੈਸ ਖੋਲ੍ਹਿਆ ਜੀ ਤੇ 99 ਦੀ ਆਪਾਂ ਗੱਲ ਕਰੀਏ ਜੀ 1899 ਦੀ ਖਾਲਸਾ ਸਮਾਚਾਰ ਸਪਤਾਹਿਕ ਪੱਤਰ ਜਾਰੀ ਕਰਦੇ ਆ ਜੀ ਨੋਟ ਕਰਦੇ ਜਾਣਾ ਜੀ ਤੇ ਇਸੇ ਸਾਲ ਹੀ ਉਹਨਾਂ ਦਾ ਜੋ ਨਾਵਲ ਆਂਦਾ ਸੀ ਸੁੰਦਰੀ ਉਹ ਵੀ ਪ੍ਰਕਾਸ਼ਿਤ ਹੁੰਦਾ ਤਾਂ ਕਈ ਜਗ੍ਹਾ ਤੁਹਾਨੂੰ 1898 ਵੀ ਵੇਖਣ ਨੂੰ ਮਿਲ ਜੇਗਾ ਇਹ ਨੋਟ ਕਰ ਲੈਣਾ ਜੀ ਥੋੜਾ ਜਿਹਾ ਖਾਸ ਤੌਰ ਤੇ 1901 ਦੇ ਵਿੱਚ ਕਰੀਏ ਜੀ ਚੀਫ ਖਾਲਸਾ ਦਵਾਨ ਦੀ ਸਥਾਪਨਾ ਕਰਦੇ ਆ 1900 8 ਦੇ ਵਿੱਚ ਜੀ ਉਹਨਾਂ ਨੇ ਸਿੱਖ ਵਿਦਿਆਕ ਕਾਨਫਰੰਸ ਦਾ ਆਰੰਭ ਕਰਦੇ ਐ 1920 ਦੇ ਵਿੱਚ ਉਹ ਕਰਦਿਆ ਜੀ ਹਰੀਜਨ ਸੁਧਾਰ ਦੀ ਗੱਲਬਾਤ ਕਰਦੇ ਐ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ 1936 ਦੇ ਵਿੱਚ ਉਹਨਾਂ ਨੇ ਸ੍ਰੀ ਹੇਮਕੁੰਡ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਦੀ ਐ ਜੀ ਇਹ ਖਾਸ ਤੌਰ ਤੇ ਜੀ ਕੁਝ ਖਾਸ ਚੀਜ਼ਾਂ ਨੇ ਜੀ ਉਹਨਾਂ ਦੇ ਬਾਰੇ ਗੱਲਬਾਤ ਹੁੰਦੀ ਐ ਤਾਂ ਖਾਸ ਜ਼ਿਕਰ ਮਿਲਦਾ ਜੀ ਗੁਰਦੁਆਰੇ ਦੀ ਗੱਲਬਾਤ ਕਰਦੇ ਆ ਜੀ ਸ੍ਰੀ ਹੇਮਕੁੰਡ ਦੀ ਸਥਾਪਨਾ ਦੀ ਗੱਲਬਾਤ ਕਰਦੇ ਆ ਜੀ ਇਹ ਖਾਸ ਤੌਰ ਤੇ ਕੁਝ ਚੀਜ਼ਾਂ ਨੇ ਵੱਖਰੀਆਂ ਇਹ ਨੋਟ ਕਰ ਲਈਏ ਇਸੇ ਤਰ੍ਹਾਂ ਕਈ ਹੋਰ ਲਹਿਰਾਂ ਦੇ ਨਾਲ ਵੀ ਜੁੜੇ ਨੇ ਉਹਨਾਂ ਦੇ ਜੀਵਨ ਵਿੱਚ ਬਧੇਰੇ ਸਮਾਂ ਜ਼ਿਆਦਾਤਰ ਪੰਜਾਬੀ ਸਹਿਤ ਰਚਿਆ ਰਚਨ ਦੇ ਲਈ ਲਾਇਆ ਤੇ ਸਹਿਤ ਦੀ ਹਰ ਵਿਦਾ ਦੇ ਵਿੱਚ ਸਹਿਤ ਰਾਜ ਕੇ ਅਧਨਿਕ ਪੰਜਾਬੀ ਸਹਿਤ ਕੇ ਤਦਾ ਉਹ ਮੋੜ ਬਣਨ ਦਾ ਕੰਮ ਕਰਦੇ ਆ ਤੇ ਆਪਣੇ ਸਮਕਾਲੀਆਂ ਨੂੰ ਪੰਜਾਬੀ ਸਹਿਤ ਦੇ ਪੰਜਾਬੀ ਸਹਿਤ ਵਿੱਚ ਰਚਨਾ ਕਰਨ ਲਈ ਪ੍ਰੇਰਿਤ ਕਰਦੇ ਆ ਪ੍ਰੇਰਣਾ ਦਿੰਦੇ ਆ ਤੇ ਮਾਰਗਦਰਸ਼ਨ ਕਰਦੇ ਨੇ ਕੁਛ ਆਪਾਂ ਗੱਲਬਾਤ ਕਰਦੇ ਨੇ ਜੀ ਭਾਈ ਵੀਰ ਸਿੰਘ ਦੇ ਜੋ ਯਾਦਗਾਰੀ ਘਰ ਦੇ ਬਾਰੇ ਆ ਭਾਈ ਵੀਰ ਸਿੰਘ ਦਾ ਜੋ ਪਸਤਾਨੀ ਘਰ ਹੈ ਜੀ ਠੀਕ ਆ ਜੀ ਜੋ ਅੰਬਰਸਰ ਵੀ ਖੇ ਸੀਗਾ ਜੀ ਘਰ ਕਟੜਾ ਗਰਵਾ ਦਾ ਠੀਕ ਆ ਜੀ ਉਥੇ ਜਿਨ੍ਹਾਂ ਨੇ ਮੋਢਲਾ ਸਮਾਂ ਗੁਜ਼ਾਰਿਆ ਸੀ 1925 ਦੇ ਵਿੱਚ ਗੱਲਬਾਤ ਕਰਦੇ ਆ ਜੀ ਉਹਦੇ ਬਾਰੇ 1925 ਦੇ ਵਿੱਚ ਉਹਨਾਂ ਨੂੰ ਚਰਚ ਜੋ ਮਿਸਨ ਸਕੂਲ ਵਿੱਚ ਪਾਕੀ ਪਾਦਰੀ ਕੋਲ ਅੰਮ੍ਰਿਤਸਰ ਦੇ ਸੀਗੇ ਜੀ ਖਾਸ ਤੌਰ ਤੇ ਲਾਰੈਂਸ ਰੋਡ ਤੇ ਉਹਨਾਂ ਨੇ 5 ਏਕੜ ਦੇ ਵਿੱਚ ਫੈਲਿਆ ਹੋਇਆ ਸੀ ਇੱਕ ਸ਼ਾਨਦਾਰ ਘਰ ਖਰੀਦ ਲਿਆ ਸੀ ਤੇ 30 ਦੇ ਵਿੱਚ ਉੱਥੇ ਰਹਿਣਾ ਸ਼ੁਰੂ ਕੀਤਾ ਸੀਗਾ ਜੀ ਕੀ ਤੋਂ ਖਰੀਦਿਆ ਸੀ ਉਹਦੇ ਬਾਅਦ ਕਿੱਥੇ ਰਹਿਣਾ ਸ਼ੁਰੂ ਕੀਤਾ ਜੀ ਨੋਟ ਕਰ ਲਿਓ ਜੀ ਤੇ ਉਹਨਾਂ ਦੀ ਯਾਦਗਾਰ ਦੇ ਤੌਰ ਤੇ ਭਾਈ ਵੀਰ ਸਿੰਘ ਮੈਮੋਰੀਅਲ ਘਰ ਵਜੋਂ ਜਾਣਿਆ ਜਾਂਦਾ ਹੈਗਾ ਜੀ ਇਹ ਨੋਟ ਕਰ ਲਿਓ ਜੀ ਉਹਨਾਂ ਦੇ ਘਰ ਦੇ ਨਾਮ ਕੀ ਦਿੱਤਾ ਗਿਆ ਇੱਕ ਉਹਨਾਂ ਦੇ ਨਾਮ ਤੇ ਜੀ ਖਾਸ ਤੌਰ ਤੇ ਤੁਸੀਂ ਨੋਟ ਕਰ ਲਿਓ ਜੀ ਕਿ ਡਾਰਕ ਟਿੱਕਟ ਸ਼ੁਰੂ ਕੀਤੀ ਗਈ ਸੀ 1972 ਦੇ ਵਿੱਚ ਇਹ ਉਹਨਾਂ ਦੀ ਡਾਰਕ ਟਿੱਕਟ ਹੈਗੀ ਹੈ ਇਸੇ ਕਰਕੇ ਜੀ ਤੁਹਾਨੂੰ ਵੇਖ ਸਕੋ ਜੀ ਨੋਟ ਕਰ ਸਕੋ ਤੇ ਤੁਹਾਨੂੰ ਯਾਦ ਰਵੇ ਜੀ ਇਹ ਉਹਨਾਂ ਦੀ ਸਤਾਬਦੀ ਜੋ ਜਨਮ ਸਤਾਬਦੀ ਦੇ ਯਾਦਗਾਰੀ ਦੇ ਵਜੋਂ ਡਾਰਕ ਟਿੱਕਟ ਸ਼ੁਰੂ ਕੀਤੀ ਗਈ ਸੀ ਆਧੁਨਿਕ ਆਪਾਂ ਗੱਲਬਾਤ ਕਰਦੇ ਹਾਂ ਜੀ ਆਧੁਨਿਕ ਪੰਜਾਬੀ ਕਵਿਤਾ ਦਾ ਮੋੜ ਮੰਨਦੇ ਹਾਂ ਭਾਈ ਵੀਰ ਸਿੰਘ ਨੇ ਛੋਟੀਆਂ-ਛੋਟੀਆਂ ਕਵਤਾਵਾਂ ਤੇ ਲੰਮੀ ਲੰਮੀ ਕਵਤਾਵਾਂ ਦੀ ਵੀ ਰਚਨਾ ਕੀਤੀ ਹੈ ਤੇ ਕਵਤਾਵਾਂ ਦੇ ਵਿੱਚ ਨਵੇਂ ਸੰਧਾ ਤੇ ਨਿੱਕੀਆਂ ਬਹਿਰਾਂ ਰਵਾਇਤ ਦੇ ਕਹੋ ਜੀ ਉਹ ਸਫਲ ਪ੍ਰਯੋਗ ਕਰਦੇ ਨੇ ਇਸ ਤੋਂ ਇਲਾਵਾ ਜੀ ਭਾਈ ਵੀਰ ਸਿੰਘ ਦੀ ਆਪਾਂ ਗੱਲਬਾਤ ਕਰੀਏ ਉਹਨਾਂ ਦੀ ਕਵਤਾ ਦੇ ਵਿੱਚ ਰਹਿਸਵਾਦ ਸ਼ਾਇਆਵਾਦ ਸੂਖਮ ਖਿਆਲੀ ਉੱਚ ਅਡਾਰੀ ਪ੍ਰਕਿਰਤੀ ਚਿਤ੍ਰਣ ਸ਼ਬਦ અનુਪਰਾਸ ਮਾਨਵੀਕਰਨ ਅਲੰਕਾਰਾਂ ਦੀ ਸਮੁੱਚੀ ਵਰਤੋਂ ਵੇਖਣ ਨੂੰ ਮਿਲਦੀ ਹੈ ਭਾਈ ਵੀਰ ਸਿੰਘ ਨੂੰ ਅਰਸ਼ਾਂ ਦਾ ਕਵੀ ਕਿਹਾ ਜਾਂਦਾ ਜੀ ਇਹ ਨੋਟ ਕਰ ਲਿਓ ਜੀ ਕਿਹੜਾ ਕਵੀ ਕਿਹਾ ਜਾਂਦਾ ਜੀ ਅਰਸ਼ਾਂ ਦਾ ਕਵੀ ਲਹਿਰਾਂ ਦੇ ਹਾਰ ਬਿਜਲੀਆਂ ਦੇ ਹਾਰ ਜਿਹੜੇ ਨੇ ਕਾਵ ਸੰਗ੍ਰਹਿ ਛੋਟੀਆਂ-ਛੋਟੀਆਂ ਤੇ ਹਲਕੀਆਂ-ਫੁਲਕੀਆਂ ਕਵਤਾਵਾਂ ਦੇ ਸੰਗ੍ਰਹਿ ਹਨ ਇਹਨਾਂ ਦੇ ਵਿੱਚ ਰਵਾਇਤੀ ਕਾਵ ਰੂਪ ਦੇ ਵਿੱਚ ਕੈਟਲੋਜੀ ਪ੍ਰਯੋਗ ਕਰਨ ਦੇ ਵਿੱਚ ਉਹ ਸਫਲ ਹੁੰਦੇ ਆ ਮਿਸਾਲ ਦੇ ਵਜੋਂ ਜੀ ਉਹਨਾਂ ਦੀ ਕੁਝ ਸਤਰਾਂ ਨੇ ਜੀ ਜੋ ਕਵੀ ਨੇ ਇਲਾਹੀ ਮੁਹੱਬਤ ਜੋ ਜੋ ਨੂਰਾਨੀ ਸੂਰਤ ਹੈ ਉਸ ਦੀ ਕੈਲੋਜੀ ਜੋ ਪੇਸ਼ਕਾਰੀ ਕਰਦੇ ਨੇ ਜੀ ਕੁਝ ਉਹਨਾਂ ਦੀਆਂ ਲੈਣਾ ਨੇ ਜੀ ਹਾਂਜੀ ਇਹ ਕੁਝ ਲੈਣਾ ਨੇ ਜੀ ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ ਇਹਨੂੰ ਲੈਣਾ ਲੋਟ ਕਰ ਲਿਓ ਜੀ ਖਾਸ ਤੌਰ ਤੇ ਨੇ ਜੀ ਤਾਂ ਇਹ ਬਹੁਤ ਹੀ ਪ੍ਰਸਿੱਧ ਲੈਣਾ ਨੇ ਜੀ ਤਾਂ ਇਹਨਾਂ ਨੂੰ ਨੋਟ ਕਰ ਲੈਣਾ ਸੀ ਆਧੁਨਿਕ ਪੰਜਾਬੀ ਕਵਿਤਾ ਦੇ ਮੰਗਾਰਤਕ ਦਾ ਮੋਢੀ ਵੀ ਭਾਈ ਵੀਰ ਸਿੰਘ ਨੂੰ ਹੀ ਮੰਨਿਆ ਜਾਂਦਾ ਹੈਗਾ ਭਾਈ ਵੀਰ ਸਿੰਘ ਨੇ ਜੀ ਸਿੱਖ ਧਰਮ ਦੇ ਗੱਲਬਾਤ ਕਰੀਏ ਜੀ ਇਤਿਹਾਸ ਦੀ ਸ਼ਰਧਾਮਈ ਵਿਆਖਿਆ ਬਹੁਤ ਹੀ ਸਰਲ ਸਾਦਾ ਤੇ ਅਲੰਕਾਰਮਈ ਤੇ ਦ੍ਰਿਸ਼ਟਾਂਤ ਪੂਰਨ ਕਹ ਲੋ ਜੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਤੇ ਉਹਨਾਂ ਦੇ ਜੋ ਸਿੱਖ ਇਤਿਹਾਸ ਲਈ ਕੰਮ ਕੀਤੇ ਨੇ ਜੀ ਬਹੁਤ ਹੀ ਮਹੱਤਵਪੂਰਨ ਨੇ ਕੁਝ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੀ ਗੁਰੂ ਨਾਨਕ ਚਮਤਕਾਰ ਕਲਗੀਧਰ ਚਮਤਕਾਰ ਅਸ਼ਟਗੁਰੂ ਚਮਤਕਾਰ ਤੇ ਹੋਰ ਪ੍ਰਸਿੱਧ ਪੁਸਤਕਾਂ ਸਪਸ਼ਟ ਪ੍ਰਮਾਨ ਹਨ ਲੋਕਪ੍ਰੀਆ ਵਾਰਤਕ ਵਾਰਤਕਾਰ ਹੋਣ ਦੇ ਨਾਲ-ਨਾਲ ਭਾਈ ਵੀਰ ਸਿੰਘ ਚੰਗੇ ਕੋਸ਼ਕਾਰ ਸੰਪਾਦਕ ਵੀ ਸਨ ਜੀ ਇਹ ਨੋਟ ਕਰ ਲਿਓ ਜੀ ਖਾਸ ਤੌਰ ਤੇ ਕਿਹੜੀਆਂ-ਕਿਹੜੀਆਂ ਉਹਨਾਂ ਦੀਆਂ ਰਚਨਾਵਾਂ ਨੇ ਸਿੱਖ ਇਤਿਹਾਸ ਦੇ ਲਈ ਸਿੱਖ ਧਰਮ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਗੱਲਬਾਤ ਕਰਦੇ ਆ ਇਕਵਤ ਸਵਈਏ ਭਾਈ ਗੁਰਦਾਸ ਜੀ ਪ੍ਰਾਤਨ ਜਨਮ ਸਾਖੀ ਦੀ ਗੱਲਬਾਤ ਕਰਦੇ ਆ ਜੀ ਸਿੱਖਾਂ ਦੀ ਭਗਤ ਮਾਲਾ ਤੇ ਗਿਆਨ ਰਤਨਾਂ ਵਾਲੀ ਜੋ ਭਾਈ ਮਨੀ ਸਿੰਘ ਦੇ ਨਾਲ ਸੰਬੰਧਤਾ ਹੈ ਜੀ ਆ ਜੋ ਗ੍ਰੰਥਾਂ ਦਾ ਸੰਪਾਦਨ ਵੀ ਕੀਤਾ ਅੱਧੀ ਸਦੀ ਤੋਂ ਵਧੇਰੇ ਜੀ ਪੰਜਾਬੀ ਸਾਹਿਤ ਦੇ ਮਹਾਨ ਉਹਨਾਂ ਨੇ ਸੇਵਾ ਕੀਤੀ ਹੈ ਤੇ ਸਭ ਤੋਂ ਪ੍ਰਸਿੱਧ ਸੰਤ ਕਵੀ ਅਤੇ ਚਿੰਤਕ ਦੀ ਗੱਲਬਾਤ ਕਰੀਏ ਜੀ ਉਹਨਾਂ ਦੇ ਦੇਹਾਂਤ ਦੀ ਆਪਾਂ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦਾ ਦੇਹਾਂਤ ਹੁੰਦਾ ਜੀ ਜੂਨ 10 ਜੂਨ 1958 ਤਾਂ ਇਹ ਜਿਆਦਾਤਰ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਵਿੱਚ 57 ਦੇਖਣ ਨੂੰ ਮਿਲਦਾ ਇਹ ਨੋਟ ਕਰ ਲੈਣਾ ਜੀ ਇਹ ਇੱਕ ਡਾਊਟ ਹੈ ਕਿਈ ਜਗ੍ਹਾ 57 ਵੀ ਲਿਖਿਆ ਜਾਂਦਾ ਜੀ ਉਹਨਾਂ ਦਾ ਜੋ ਜੋ ਦੇਹਾਂ ਦਾ ਸਮਾਂ ਹੈਗਾ ਤੇ ਕਈ ਜਗ੍ਹਾ 58 ਵੀ ਵਿਖਣੋ ਇਹ ਸਾਲ ਦਾ ਗੈਪ ਰੱਖਣਾ ਜੀ ਜੂਨ ਦਾ ਸੀ ਹੈ ਇਹ ਨੋਟ ਕਰ ਲਿਓ ਜੀ ਰਚਨਾਵਾਂ ਦੀ ਗੱਲਬਾਤ ਕਰੀਏ ਜੀ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਨਾਵਲਾਂ ਦੀ ਉਹਨਾਂ ਦੇ ਜੋ ਨਾਵਲ ਲਿਖੇ ਗਏ ਨੇ ਜੀ sundri ਉਹਦਾ ਜਿਕਰ ਅੰਦਾਜ਼ੀ ਤਾਂ ਇਹ ਸਭ ਤੋਂ ਪਹਿਲਾਂ ਜਿਆਦਾ ਪ੍ਰਸਿੱਧ ਹੁੰਦਾ ਵਿਜੇਸ ਸਿੰਘ ਦੀ ਵੀ ਗੱਲਬਾਤ ਹੁੰਦੀ ਹੈ ਸਤਵੰਤ ਕੌਰ ਦੋ ਭਾਗਾਂ ਦੇ ਵਿੱਚ ਲਿਖਿਆ ਗਿਆ ਸੀ ਸਨ ਨੋਟ ਕਰਦੇ ਜਾਣਾ ਅਸੀਂ ਖਾਸ ਤੌਰ ਤੇ ਸੱਤ ਔਖੀਆਂ ਰਾਤਾਂ ਦੇ ਬਾਬਾ ਨੌ ਸਿੰਘ ਇਹਦਾ ਦੂਜਾ ਨਾਮ ਵੀ ਨੋਟ ਕਰ ਲੈਣਾ ਅਸੀਂ ਖਾਸ ਤੌਰ ਤੇ ਕਈ ਜਗ੍ਹਾ ਤੁਹਾਨੂੰ ਜੋ ਯੂਨੀਵਰਸਿਟੀ ਦੀਆਂ ਕਿਤਾਬਾਂ ਵਿੱਚ ਇਹ ਨਾਮ ਵੀ ਤੁਹਾਨੂੰ ਵੇਖਣ ਨੂੰ ਮਿਲ ਜੇਗਾ ਇਹ ਨੋਟ ਕਰ ਲੈਣਾ ਅਸੀਂ ਖਾਸ ਤੌਰ ਤੇ ਜੋ ਯੂਨੀਵਰਸਿਟੀ ਦੀਆਂ ਕਿਤਾਬਾਂ ਦੇ ਵਿੱਚ ਵੇਖਣ ਨੂੰ ਮਿਲਦਾ ਸੀ ਦੂਸਰਾ ਨਾਮ ਵੀ ਇਹ ਨਾਮ ਵੀ ਇਸ ਤੋਂ ਬਾਅਦ ਸਤਵੰਤ ਕੌਰ ਦੇ ਜੋ ਦੋਨੇ ਭਾਗਾਂ ਦੀ ਆਪਾਂ ਗੱਲਬਾਤ ਕਰ ਚੁੱਕੇ ਹਾਂ ਜੀ 27 ਵਾਲੇ ਦੀ ਵੀ ਤੇ 1890 ਵਾਲੇ ਦੀ ਵੀ ਇਸ ਤੋਂ ਬਾਅਦ ਰਾਣਾ ਪੋਬੋਰ ਇਹ ਖਾਸ ਤੌਰ ਤੇ ਨੇ ਜੀ ਇਹ ਨਾਵਲ ਨੇ ਜੀ ਉਹਨਾਂ ਦੁਆਰਾ ਲਿਖੇ ਗਏ ਭਾਈ ਵੀਰ ਸਿੰਘ ਦੁਆਰਾ ਇਹ ਕਾਫੀ ਪ੍ਰਸਿੱਧ ਹੁੰਦੇ ਨੇ ਜੀ ਇਹਨਾਂ ਵਿੱਚੋਂ ਕਾਫੀਆਂ ਦਾ ਆਪਾਂ ਨੂੰ ਜ਼ਿਕਰ ਵੇਖਣ ਨੂੰ ਮਿਲਦਾ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਜੀਵਨੀਆਂ ਕਿਹੜੀਆਂ-ਕਿਹੜੀਆਂ ਜੀਵਨੀਆਂ ਨੇ ਜੀ ਖਾਸ ਤੌਰ ਤੇ ਜੀ ਤੁਸੀਂ ਨੋਟ ਕਰ ਲੈਣਾ ਸੀ ਸ੍ਰੀ ਕਲਗੀਧਰ ਚਮਤਕਾਰ ਪ੍ਰਾਤਮ ਜਨਮ ਸਾਖੀ ਬਹੁਤ ਹੀ ਜਿਆਦਾ ਪ੍ਰਸਿੱਧ ਹੈ ਤੇ ਇਹ ਸਲੇਵਸ ਦੇ ਵਿੱਚ ਵੀ ਬਹੁਤ ਜਗ੍ਹਾ ਲੱਗੀ ਹੋਈ ਹੈ ਐਮਏ ਵਗੈਰਾ ਦੇ ਵਿੱਚ ਸ੍ਰੀ ਗੁਰੂ ਨਾਨਕ ਚਮਤਕਾਰ ਭਾਈ ਚੰਡਾ ਜੀ ਉਸ ਤੋਂ ਬਾਅਦ ਭਾਈ ਭੂਮਿਆ ਕਲਯੁਗ ਦੀ ਸਾਖੀ ਹੈ ਜੀ ਸੰਤ ਕਾ tha ਸ੍ਰੀ ਅਸ਼ਟ ਗੁਰ ਚਮਤਕਾਰ ਭਾਗ ਪਹਿਲਾ ਤੇ ਦੂਜਾ ਤੇ ਗੁਰਸਿੱਖ ਵਾੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੱਲਬਾਤ ਹੋ ਰਹੀਆਂ ਜੀ ਸਾਖੀਆਂ ਦੇ ਬਾਰੇ ਗੁਰ ਬਾਲਮ ਸਾਖੀਆਂ ਦੀ ਤੇ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਵੀ ਉਹਨਾਂ ਨੇ ਗੁਰ ਬਾਲਮ ਸਾਖੀਆਂ ਦਾ ਜ਼ਿਕਰ ਮਿਲਦਾ ਆਪਾਂ ਨੂੰ ਇਹ ਨੋਟ ਕਰ ਲੈਣਾ ਜੀ ਉਹਨਾਂ ਦੀਆਂ ਸਾਖੀਆਂ ਨੇ ਜੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੇ ਨਾਮ ਨੋਟ ਕਰ ਲੈਣਾ ਜੀ ਖਾਸ ਤੌਰ ਤੇ ਟੀਕੇ ਵੀ ਲਿਖੇ ਗਏ ਨੇ ਜੀ ਕੁਝ ਉਹਨਾਂ ਦੁਆਰਾ ਜੋ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਤਾਂ ਉਹਨਾਂ ਦੇ ਨਾਮ ਨੋਟ ਕਰ ਲਿਓ ਜੀ ਤੇ ਕੁਝ ਹੋਰ ਰਚਨਾਵਾਂ ਨਹੀਂ ਜਿਵੇਂ ਸਿੱਖਾਂ ਦੀ ਭਗਤ ਮਾਲਾ ਜੀ ਪ੍ਰਚੀਨ ਗ੍ਰੰਥ ਜੋ ਪ੍ਰਕਾਸ਼ ਹੈ ਜੀ ਉਸ ਤੋਂ ਬਾਅਦ ਸਟੀਕ ਦਾ ਵੀ ਨਾਮ ਨੋਟ ਕਰ ਲੈ ਸ੍ਰੀ ਗੁਰੂ ਗ੍ਰੰਥ ਕੋਸ਼ ਦੀ ਆਪਾਂ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਆਪਾਂ ਨੂੰ ਜ਼ਿਕਰ ਮਿਲਦਾ ਜੀ 14 ਅੰਜਲਤਾ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਜੀ ਇਸ ਦਾ ਜ਼ਿਕਰ ਮਿਲਦਾ ਜੀ ਆਪਾਂ ਨੂੰ ਵੇਖਣ ਨੂੰ ਦੇਵੀ ਪੂਜਨ ਪੜਤਾਲ ਦੀ ਆਪਾਂ ਗੱਲ ਕਰਦੇ ਆਂ ਜੀ ਪੰਜ ਗ੍ਰੰਥ ਸਟੀਕ ਦੀ ਗੱਲ ਆ ਬਾਤ ਕਰਦੇ ਆਂ ਕਵਿਤ ਭਾਈ ਗੁਰਦਾਸ ਜੀ 12 ਭਾਈ ਗੁਰਦਾਸ ਜੀ ਦੀਆਂ ਠੀਕ ਹੈ ਜੀ ਇਹ ਸਾਖੀਆਂ ਨੇ ਸਾਖੀ ਪੋਥੀਆਂ ਤੇ ਇਹ ਖਾਸ ਤੌਰ ਤੇ ਨੋਟ ਕਰ ਲੈਣਾ ਜੀ ਇਹ ਰਚਨਾਵਾਂ ਨੇ ਜੋ ਠੀਕੇ ਤੇ ਹੋਰ ਰਚਨਾਵਾਂ ਦੇ ਨਾਮ ਉਹਨਾਂ ਨੂੰ ਦਰਜ ਕੀਤਾ ਗਿਆ ਜੀ ਸਭ ਤੋਂ ਮਹੱਤਵਪੂਰਨ ਗੱਲਬਾਤ ਜੋ ਉਹਨਾਂ ਦੇ ਕਾਵ ਸੰਗ੍ਰਹਿ ਨੇ ਸੀ ਭਾਈ ਵੀਰ ਸਿੰਘ ਦੇ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਜੀ ਜਿਨ੍ਹਾਂ ਦਾ ਨਾਮ ਬਹੁਤ ਜ਼ਿਆਦਾ ਪ੍ਰਸਿੱਧ ਹੈ ਤੇ ਉਹਨਾਂ ਨੂੰ ਖਾਸ ਤੌਰ ਤੇ ਵਿਸ਼ੇਸ਼ ਉਲੱਖਣ ਦਾ ਪ੍ਰਦਾਨ ਕਰਦਾ ਹੈ دل ترنگ دی گل کردے ہاں جی تریل توپکے دی گل کردے ہاں لہرਾਂ ਦੇ ਹਾਰ ਮਟਖਲਾਰੇ بجلیਆਂ ਦੇ ਹਾਰ ਤੇ ਉਸ ਤੋਂ ਬਾਅਦ ਆਪਾਂ ਪ੍ਰੀਤ ਵੀਨਾ ਇਹ ਨੋਟ ਕਰ ਲੈਣਾ ਅਸੀਂ ਉਸ ਤੋਂ ਬਾਅਦ ਮੇਰੇ ਸਾਈਆਂ ਜੀਓ ਠੀਕ ਹੈ ਉਸ ਤੋਂ ਬਾਅਦ ਕੰਮ ਦੀ ਖਲਾਈ ਨیکی ਗੋਦਵਿਚ ਜੋ ਕੈਲੋਜੀ ਮਹਾਕਾਵ ਹੈ ਰਾਣਾ ਸੂਰਤ ਸਿੰਘ ਠੀਕ ਹੈ ਜੀ ਕਾਂਤ ਮਹੇਲੀ ਦੀ ਆਪਾਂ ਗੱਲ ਕਰਦਿਆਂ ਅਸੀਂ ਠੀਕ ਹੈ ਇਹਨੂੰ ਕਈ ਜਗ੍ਹਾ 12ਵਾਂ ਵੀ ਲਿਖਿਆ ਹੋਇਆ ਵੇਖਣ ਨੂੰ ਮਿਲਦਾ ਜੀ ਖਾਸ ਤੌਰ ਤੇ ਤੁਸੀਂ ਨੋਟ ਕਰ ਲਿਓ ਜੀ ਇਹ ਕੁਝ ਰਚਨਾਵਾਂ ਨੇ ਜੀ ਕਾਵ ਰਚਨਾਵਾਂ ਤਾਂ ਇਹਨਾਂ ਦੇ ਨਾਮ ਤੁਹਾਨੂੰ ਵੇਖਣ ਨੂੰ ਮਿਲਦੇ ਨੇ ਜੀ ਖਾਸ ਤੌਰ ਤੇ ਨੋਟ ਕਰ ਲਿਓ ਜੀ ਕਿਹੜੀਆਂ ਕਿਹੜੀਆਂ ਉਹਨਾਂ ਦੀਆਂ ਕਾਵ ਰਚਨਾਵਾਂ ਨੇ ਉਹਨਾਂ ਦੇ ਨਾਮ ਖਾਸ ਤੌਰ ਤੇ ਨੋਟ ਕਰ ਲਿਓ ਇਸ ਤੋਂ ਇਲਾਵਾ ਆਪਾਂ ਗੱਲਬਾਤ ਕਰਦੇ ਹਾਂ ਸੀ ਉਹਨਾਂ ਦੀਆਂ ਹੋਰ ਰਚਨਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਆਪਾਂ ਨੂੰ ਵੇਖਣ ਨੂੰ ਮਿਲਦਾ ਸੀ ਖਾਸ ਤੌਰ ਤੇ ਜੀਗਤ ਰਚਨਾਵਾਂ ਦੀ ਆਪਾਂ ਗੱਲਬਾਤ ਕਰੀਏ ਜੀ ਰਾਜਾ ਲਖਦਾਤਾ ਦਾ ਵੀ ਜ਼ਿਕਰ ਮਿਲਦਾ ਆਪਾਂ ਨੂੰ ਗੁਨਾਕਦੇਵ ਜੀ ਚਮਤਕਾਰ ਦੀ ਆਪਾਂ ਗੱਲ ਕਰ ਚੁੱਕੇ ਆ ਜੀ ਆਸਟ ਗੁਰੂ ਚਮਤਕਾਰ ਦੀ ਵੀ ਗੱਲ ਕਰ ਚੁੱਕੇ ਆ ਬਾਬਾ ਨੌ ਸਿੰਘ ਦੀ ਵੀ ਆਪਾਂ ਗੱਲ ਕਰ ਚੁੱਕੇ ਆ ਜੀ ਉਦੋਂ ਬਾਅਦ ਕਲਗੀਧਰ ਚਮਤਕਾਰ ਇਹ ਗਦਰ ਸਨਾਮਾਨੀ ਜੀ ਇਸ ਤੋਂ ਇਲਾਵਾ ਜੀ ਉਹਨਾਂ ਨੇ ਖੋਜ ਜੋ ਸੰਪਾਦਨਾ ਦੇ ਖੇਤਰ ਵਿੱਚ ਮਹੱਤਵਪੂਰਨ ਕਾਰਜ ਕੀਤਾ ਜੀ ਉਹਨਾਂ ਦੀ ਗੱਲਬਾਤ ਕਰੀਏ ਪ੍ਰਾਤਨ ਜਨਮ ਸਾਖੀਆਂ ਨੇ ਜੀ ਕਵਿਤ ਸਵਈਏ ਭਾਈ ਗੁਰਦਾਸ ਜੀ ਦੇ ਜੀਵਨ ਦੀ ਗੱਲਬਾਤ ਕਰਦੇ ਨੇ ਜੀ ਜੋਸਵਾ ਇਹ ਪਾਈ ਗੁਰਦਾਸ ਜੀ ਦਾ ਸੰਵੰਦ ਉਹਨਾਂ ਦਾ ਪਾਈ ਗੁਰਦਾਸ ਜੀ ਦਾ ਜੀਵਨ ਭਖਤ ਮਾਲਾ ਦੀ ਗੱਲ ਕਰਦੇ ਆ ਜੀ ਭਖਤ ਰਤਨਾਵਾਲੀ ਗੁਰਪ੍ਰਤਾਪ ਦੀ ਸੂਰਜ ਗ੍ਰੰਥ ਦੀ ਗੱਲ ਕਰਦੇ ਆ ਜੀ ਗ੍ਰੰਥ ਜੋ ਜੀ ਉਸ ਤੋਂ ਇਲਾਵਾ ਜੀ ਗੁਰੂ ਗ੍ਰੰਥ ਕੋਸ਼ ਦੀ ਗੱਲ ਕਰਦੇ ਆ ਜੀ ਉਸ ਤੋਂ ਇਲਾਵਾ ਜੀ ਇਸ ਤੋਂ ਇਲਾਵਾ ਜੀ ਕੁਝ ਹੋਰ ਰਚਨਾਵਾਂ ਨਹੀਂ ਉਹਨਾਂ ਦੇ ਬਾਰੇ ਨੋਟ ਕਰ ਲੈਣਾ ਜੀ ਪੰਜਾਬੀ ਵਿੱਚ ਗ੍ਰੰਥ ਹਿਸਟਰੀਕ ਨੇ ਜੀ ਉਹਨਾਂ ਦਾ ਖੋਜ ਦੇ ਉੱਰ ਜੋ ਕਾਰਜ ਕੀਤਾ ਗਿਆ ਸੀ ਉਹ ਨੋਟ ਕਰ ਲਿਓ ਬੋ ਪੱਖੀ ਪ੍ਰਤੀਵਾਦੀ ਮਾਲਕਣੀ ਜੀ ਉਹਨਾਂ ਨੇ ਤਾਂ ਉਸ ਤੋਂ ਇਲਾਵਾ ਜੀ ਆਪਾਂ ਗੱਲਬਾਤ ਕਰਗੇ ਜੀ ਨਾਵਲਾਂ ਦੀ ਸੁੰਦਰੀ ਉਹਨਾਂ ਦਾ ਨਾਵਲ ਦੇਖਣ ਨੂੰ ਮਿਲਦਾ ਜੀ ਵਿਜੀਤ ਸਿੰਘ ਸਤਵੰਤ ਕੌਰ ਦੇ ਨਾਵਲ ਪ੍ਰਸਿੱਧ ਲਿਖੇ ਨੇ ਜੀ ਉਹਨਾਂ ਦੇ ਆਚਰਣ ਦੀ ਉੱਚਤਾ ਨੂੰ ਜੋ ਦਰਸਾਉਂਦੇ ਨੇ ਤੇ ਆਪਣੇ ਮੁੱਖ ਉਦੇਸ਼ ਦੀ ਪੂਰਤ ਉਦੇਸ਼ ਨੂੰ ਪੂਰਾ ਕਰਦੇ ਨੇ ਤੇ ਇਹ ਨਾਵਲ ਸਿੱਖ ਮਨਾਂ ਦੇ ਵਿੱਚ ਮਨਾਂ ਦੇ ਵਿੱਚ ਆਪਾਂ ਗੱਲਬਾਤ ਕਰਗੇ ਜੀ ਸਿੱਖ ਇਤਿਹਾਸ ਨੂੰ ਜਾਣਨ ਦੇ ਲਈ ਪ੍ਰੇਰਿਤ ਕਰਦੇ ਨੇ ਇਹ ਨਾਵਲ ਆਧੁਨਿਕ ਪੰਜਾਬੀ ਨਾਵਲ ਦਾ ਮੋੜ ਬੰਦਿਆ ਸੀ ਤੇ ਆਉਣ ਵਾਲੇ ਸਹਿਤਕਾਰਾਂ ਦੇ ਲਈ ਦਿਸ਼ਾ ਨਿਰਦੇਸ਼ ਕਰ ਦੇਣੀ ਸੀ ਇਹ ਨੋਟ ਕਰ ਲਿਓ ਖਾਸ ਤੌਰ ਤੇ ਜੀ ਇਹ ਜਿਹੜੇ ਨਾਵਲ ਨੇ ਜੀ ਇਹ ਬਹੁਤ ਹੀ ਜਿਆਦਾ ਪ੍ਰਸਿੱਧ ਹੁੰਦੇ ਨੇ ਜੀ ਤੇ ਆਉਣ ਵਾਲੇ ਇਤਿਹਾਸਕਾਰਾਂ ਨੂੰ ਖਾਸ ਤੌਰ ਤੇ ਆਪਣੀ ਇਤਿਹਾਸ ਲਿਖਣ ਦੇ ਲਈ ਪ੍ਰੇਰਿਤ ਕਰਦੇ ਨੇ ਸੀ ਭਾਈ ਵੀਰ ਸਿੰਘ ਦੇ ਪਹਿਲੇ ਜੋ ਕਾਫ ਸੰਗ੍ਰਹਿ ਜੀ ਨੂਨਾਨ ਪਰਜਾਈ ਉਸ ਦੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾ ਕਾਫ ਸੰਗ੍ਰਹਿ ਆ ਜੀ ਖਾਸ طور ਤੇ ਨੋਟ ਕਰ ਲੈਣਾ ਜੀ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਕਈ ਥਾਵਾਂ 'ਤੇ ਇਹਦਾ ਜ਼ਿਕਰ ਨਹੀਂ ਮਿਲਦਾ ਪੰਜਾਬ ਬੋਰਡ ਦੇ ਵਿੱਚ ਇਹਦਾ ਜ਼ਿਕਰ ਨਹੀਂ ਮਿਲਦਾ ਇਹ ਨੋਟ ਕਰ ਲੈਣਾ ਜੀ ਤਾਂ ਇਸ ਦੀ ਰਚਨਾ 1900 ਦੇ ਕਰੀਬ ਲਿਖੀ ਗਈ ਹੈ ਜੀ 1900 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਤੇ ਭਾਈ ਸਾਹਿਬ ਨੇ ਇਹ ਦੀ ਰਚਨਾ ਸਮਾਜ ਸੁਧਾਰ ਦੇ ਆਸੇ ਦੇ ਨਾਲ ਕੀਤੀ ਗਈ ਹੈ ਸਮਾਜ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਉਹਨਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਜਸਤੇ ਨੂੰ ਆਪਾਂ ਨੂੰ ਵੇਖਣ ਨੂੰ ਮਿਲਦਾ ਉਹਨਾਂ ਦੇ ਕਾਵ ਸੰਗ੍ਰਹਿ ਦੇ ਵਿੱਚ ਇਹ ਨੋਟ ਕਰ ਲੈਣਾ ਜੀ ਉਸ ਤੋਂ ਬਾਅਦ ਆਪਾਂ ਗੱਲਬਾਤ ਕਰੀਏ ਜੀ ਰਾਣਾ ਸੂਰਤ ਸਿੰਘ ਜੋ ਮਹਾਕਾਵ ਲਿਖਿਆ ਜੀ ਬਹੁਤ ਜਿਆਦਾ ਪ੍ਰਸਿੱਧ ਹੁੰਦਾ ਇਹ ਖਾਸ ਤੌਰ ਤੇ ਨੋਟ ਕਰ ਲਿਆ ਕਰ ਲਿਓ ਜੀ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਇਹ ਉਹਦੀ ਗੱਲਬਾਤ ਕਰਦੇ ਆਂ ਜੀ ਭਾਈ ਸਾਹਿਬ ਨੇ ਜੀ ਮਹਾਕਾਵ ਨੂੰ ਰਾਣਾ ਸੂਰਤ ਸਿੰਘ ਦੀ ਗੱਲਬਾਤ ਕਰਦੇ ਆਂ 1905 ਦੇ ਵਿੱਚ ਲਿਖਿਆ ਸੀ ਠੀਕ ਹੈ ਤਾਂ ਉਹਨੂੰ ਬਾਅਦ ਟਰੈਕਟਾਂ ਦੇ ਰੂਪ ਦੇ ਵਿੱਚ ਲਿਖਿਆ ਸੀ ਖਾਸ ਤੌਰ ਤੇ ਜੀ 1919 ਦੇ ਵਿੱਚ ਇਹਨੂੰ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਵੀ ਕਰਦੀ ਹੈ ਤੇ 1905 ਦੇ ਵਿੱਚ ਵੀ ਤੁਹਾਨੂੰ ਜ਼ਿਆਦਾਤਰ ਜਗ੍ਹਾ ਤੇ ਵੇਖਣ ਨੂੰ ਮਿਲਦਾ ਹੋਵੇਗਾ ਜੀ ਤੇ ਖਾਸ ਤੌਰ ਤੇ ਕਈ ਜਗ੍ਹਾ ਉਹਨੂੰ ਪੁਸਤਕ ਦੇ ਰੂਪ ਦੇ ਵਿੱਚ ਜਦੋਂ ਗੱਲਬਾਤ ਕਰਦੇ ਆ ਤਾਂ ਇਹਦਾ ਜਿਹੜਾ ਪ੍ਰਕਾਸ਼ਨ ਹੈ 1919 ਦੇ ਵਿੱਚ ਹੁੰਦਾ ਕਈ ਜਗ੍ਹਾ ਆਪਾਂ ਨੂੰ ਪੁਸਤਕਾਂ ਦੇ ਵਿੱਚ ਵੇਖਣ ਨੂੰ ਮਿਲਦਾ ਇਹ ਨੋਟ ਕਰ ਲਓ ਜੀ ਤੇ ਪਹਿਲੀ ਵਾਰ ਜੀ ਕਥਾ ਵਸਤੂ ਕਿੱਸਾ ਕਾ ਪਰੰਪਰਾ ਦਾ ਤਿਆਗ ਕਰਕੇ ਜੀ ਇੱਕ ਮਹਾਕਾਵ ਦੀ ਪਰੰਪਰਾ ਦੇ ਨਾਲ ਜੋੜਿਆ ਜਾਂਦਾ ਇਹ ਨੋਟ ਕਰ ਲਿਓ ਜੀ ਖਾਸ ਤੌਰ ਤੇ ਕਿੱਸਾ ਪਰੰਪਰਾ ਤੋਂ ਹਟ ਕੇ ਜੀ ਹੁਣ ਕਾਹਦੇ ਤੇ ਆਗੇ ਸੀ ਮਹਾਕਾਵ ਪਰੰਪਰਾ ਦੇ ਨਾਲ ਮਹਾਕਾਵ ਦੇ ਵਿੱਚ ਆਪਾਂ ਗੱਲਬਾਤ ਕਰੀਏ ਜੀ 35 ਜੋ ਸਰਗਾਂ ਦੀ ਗੱਲ ਕੀਤੀ ਹੋਈ ਹੈ ਉਹਨਾਂ ਦੇ ਵਿੱਚ ਵੰਡਿਆ ਗਿਆਗਾ ਤੇ ਇਸ ਦੇ ਵਿੱਚ ਆਪਾਂ ਨੂੰ ਕੀ ਵੇਖਣ ਨੂੰ ਮਿਲਦਾ ਭਾਈ ਸਾਹਿਬ ਨੇ ਜੀ ਰਾਣੀ ਰਾਜਕੌਰ ਦੀ ਪੀੜ ਨੂੰ ਬਿਆਨ ਕੀਤਾ ਗਿਆ ਜੋ ਆਪਣੇ ਪਤੀ ਜੋ ਰਾਣਾ ਸੂਰਤ ਸਿੰਘ ਦੀ ਮੌਤ ਦੇ ਮਗਰੋਂ ਬਿਰਹਾ ਵਿੱਚ ਤੜਫਦੀ ਹੈ ਤੇ ਉਸ ਨੂੰ ਇਹ ਸੰਸਾਰ ਖਾਲੀ ਖਾਲੀ ਲੱਗਦਾ ਹੈ ਤੇ ਭਾਈ ਸਾਹਿਬ ਨੇ ਜੀ ਗੁਰਬਾਣੀ ਨਾਲ ਜੋੜ ਕੇ ਰਾਣੀ ਰਾਜਕੌਰ ਦੀ પીੜ ਨੂੰ ਖਤਮ ਕੀਤਾਗਾ ਇਹ ਆਪਾਂ ਨੂੰ ਵੇਖਣ ਨੂੰ ਮਿਲਦਾ ਕਿ ਗੁਰਬਾਣੀ ਦੀ ਜੋ ਤਾਕਤ ਹੈ ਸ਼ਕਤੀ ਹੈ ਉਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਉਸ ਨੇ ਇੱਕ ਆਦਰਸ਼ਿਕ ਗੁਰਮਖ ਨੂੰ ਪੇਸ਼ ਕੀਤਾ ਤੇ ਨਾਲ ਦੀ ਨਾਲ ਇੱਕ ਆਦਰਸ਼ਿਕ ਗੁਰਮਖ ਦੇ ذریعے ਤੋਂ ਚੰਗੇਰੀ ਨਾਰੀ ਦਾ ਚਰਿੱਤਰ ਵੀ ਪੇਸ਼ ਕੀਤਾ ਜੀ ਰਾਣੀ ਦੇ ਜ਼ਰੇਤਰ ਦੀ ਖਾਸ ਤੌਰ ਤੇ ਗੱਲਬਾਤ ਕਰਦੇ ਆ ਜੀ ਇੱਕ ਚੰਗੇ ਜ਼ਰੇਤਰ ਦੀ ਤੇ ਰਾਣੀ ਰਾਜਕੌਰ ਨੇ ਇੱਕ ਕਹਿ ਲੋ ਜੀ ਇਸਤਰੀ ਹੋ ਕੇ ਵੀ ਸਿੱਖੀ ਦੇ ਵਿੱਚ ਸਾਧਨਾ ਦੇ ਵਿੱਚ ਜੋ ਇਸਤਰੀ ਦੀ ਗੱਲਬਾਤ ਕਰਦੇ ਆ ਜੀ ਇਸਤਰੀ ਜੋ ਪੁਰਖ ਦੇ ਗੱਲਬਾਤ ਕਰਦੇ ਕੋਈ ਭੇਦ ਨਹੀਂ ਮੰਨਿਆ ਸੀ ਸਾਧਨਾ ਕਰਦੇ ਨੇ ਜੀ ਜਦੋਂ ਆਪਾਂ ਗੱਲਬਾਤ ਕਰਦੇ ਆ ਤਾਂ ਉਦੋਂ ਇਸ ਜੋ ਇਸਤਰੀ ਪੁਰਸ਼ ਦਾ ਜੋ ਰਤਵੇ ਨੇ ਜੀ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਸਿਰਫ ਰੱਬ ਦੀ ਭਗਤੀ ਤੇ ਫੋਕਸ ਕਰਨ ਦੀ ਗੱਲਬਾਤ ਕੀਤੀ ਹੋਈ ਵੇਖਣ ਨੂੰ ਮਿਲਦੀ ਆ। ਰਾਣਾ ਸੂਰਤ ਸਿੰਘ ਦੀ ਆਪਾਂ ਗੱਲ ਕਰਦੇ ਹਾਂ ਪੰਜਾਬੀ ਦਾ ਪਹਿਲਾ ਮਹਾਕਾਵ ਹੈ ਜੀ ਜੋ ਸਰਖੰਡੀ ਸੰਦ ਦੇ ਵਿੱਚ ਲਿਖਿਆ ਗਿਆ। ਕਿਹੜੇ ਸੰਤ ਚ ਲਿਖਿਆ ਗਿਆ ਜੀ ਨੋਟ ਕਰ ਲਿਓ ਜੀ। ਤੇ ਮਹਾਕਾਵ ਰਾਣਾ ਸੂਰਤ ਸਿੰਘ ਦੀ ਗੱਲ ਕਰੀਏ ਜੀ ਭਾਈ ਵੀਰ ਸਿੰਘ ਦੀ ਪਹਿਲੀ ਕਾਵ ਰਚਨਾ ਮੰਨੀ ਜਾਂਦੀ ਆ। ਕਾਵ ਰਚਨਾ ਖਾਸ ਤੌਰ ਤੇ ਯਾਦ ਰੱਖ ਲਿਓ ਜੀ ਇਹ ਕਾਵ ਰਚਨਾ ਕਈ ਜਗ੍ਹਾ ਆਪਾਂ ਤੁਹਾਨੂੰ ਦੱਸਿਆ ਸੀ ਕਿ ਬਹੁਤਾਂ ਮਾਂ ਤੇ ਉਹਦਾ ਜ਼ਿਕਰ ਨਹੀਂ ਮਿਲਦਾ ਜੀ ਕਿਹੜੀ ਰਚਨਾ ਦਾ ਉਹ ਨੋਟ ਕਰ ਲਿਓ ਜੀ ਕਮੈਂਟ ਬਾਕਸ ਜੀ ਦੱਸ ਦਿਓ ਭਾਈ ਵੀਰ ਸਿੰਘ ਨੇ ਜੀ ਜੋ ਮਹਾਕਾਵ ਰਾਣਾ ਸੂਰਤ ਸਿੰਘ ਦੀ ਪਰੰਪਰਾ ਸ਼ੁਰੂ ਕੀਤੀ ਹੈ ਜੀ ਉਸ ਨੂੰ ਲਾਲ ਲਾਲਾ ਕਿਰਪਾ ਸਾਗਰ ਜੀ ਨੇ ਕਿਹੜੀ ਰਚਨਾ ਦੇ ਨਾਲ ਕਵਿਤਾ ਲਿਖ ਕੇ ਅੱਗੇ ਤੁਰਿਆ ਜੀ ਲక్ష్ਮੀ ਦੇਵੀ ਲਿਖ ਕੇ ਇਹ ਖਾਸ ਔਰਤ ਇਹ ਨੋਟ ਕਰ ਲੈਣ ਜੀ ਜਾਂ ਭਾਈ ਵੀਰ ਸਿੰਘ ਨੇ ਜੋ ਰਾਣਾ ਸੂਰਤ ਸਿੰਘ ਲਿਖਿਆ ਸੀਗਾ ਜੀ ਪਰੰਪਰਾ ਦੇ ਨਾਲ ਪਰੰਪਰਾ ਨੂੰ ਸ਼ੁਰੂ ਕਰਦੇ ਆ ਤੇ ਲਾਲਾ ਕਿਰਪਾ ਸਾਗਰ ਜੀ ਇਹ ਪਰੰਪਰਾ ਨੂੰ ਅੱਗੇ ਤੋਰਦੇ ਨੇ ਜੀ ਕਿਹੜੀ ਉਹਨਾਂ ਦੀ ਰਚਨਾ ਹੈਗੀ ਹੈ ਨੋਟ ਕਰਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਇਸ ਦੇ ਵਿੱਚ ਸ਼ਾਂਤਰਾਸ ਦੇ ਲਈ ਸਰਖੰਡੀ ਸੰਦੀ ਵਰਤੋਂ ਕੀਤੀ ਗਈ ਹੈ ਦਾਰਸ਼ਨਿਕ ਆਦਰਸ਼ ਨੂੰ ਪੂਰਤੀ ਕਰ ਪੂਰਤੀ ਦੀ ਆਪਾਂ ਗੱਲ ਕਰੀ ਗੱਲਬਾਤ ਕਰਦੇ ਆ ਜੀ ਦਾਰਸ਼ਨਿਕ ਆਦਰਸ਼ ਪੂਰੀ ਤਰ੍ਹਾਂ ਸਪਸ਼ਟ ਵੇਖਣ ਨੂੰ ਮਿਲਦਾ ਜੀ ਆਧਾਰ ਤੇ ਗੁਰਮਤ ਖਾਸ ਤੌਰ ਤੇ ਆਪਾਂ ਗੱਲਬਾਤ ਕਰੀਏ ਜੀ ਗੁਰਮਤ ਦਰਸ਼ਨ ਵੇਖਣ ਨੂੰ ਮਿਲਦਾ ਜੀ ਰਾਣਾ ਸੂਰਤ ਸਿੰਘ ਦੀ ਕੌਮੀ ਯੁੱਧ ਦੇ ਵਿੱਚ ਸੀਧੀ ਦੇ ਪਿੱਛੋਂ ਉਸ ਦੀ ਪਤਨੀ ਰਾਣੀ ਰਾਜਕੌਰ ਦੇ ਜੋ ਉਸ ਦੇ ਵਿਛੋੜੇ ਤੇ ਵਿਆਕਲ ਦੇ ਵਿੱਚ ਉਹਦੇ ਵਿਛੋੜੇ ਦੇ ਵਿੱਚ ਤੜਫਦੀ ਆ ਉਸ ਦੀ ਵਿਆਕਲਤਾ ਨੂੰ ਬੇਸ਼ਕ ਕੀਤਾ ਤੇ ਇਸ ਦਰਦ ਨੂੰ ਮਟਾਉਣ ਦੇ ਲਈ ਯਤਨ ਕੀਤੇ ਜਾਂਦੇ ਨੇ ਜੀ ਅੰਤ ਵਿੱਚ ਗੁਰਮਤ ਦਾ ਸਹਾਰਾ ਲੈ ਕੇ ਆਪਾਂ ਨੂੰ ਵੇਖਣ ਨੂੰ ਮਿਲਦਾ ਕਿ ਉਸ ਨੂੰ ਆਤਮਿਕ ਸੁੱਖ ਮਿਲਦਾਗਾ ਤੇ ਇਸ ਵਿੱਚ ਕੁਦਰਤ ਦਾ ਵੀ ਕਾਫੀ ਵਰਨ ਆਪਾਂ ਨੂੰ ਵੇਖਣ ਨੂੰ ਮਿਲਦਾ ਕਾਦੇ ਵਿੱਚ ਜੀ ਰਾਣਾ ਜੋ ਮਹਾਕਾਵ ਹੈ ਜੀ ਰਾਣਾ ਸੂਰਤ ਸਿੰਘ ਦੇ ਵਿੱਚ ਗੱਲਬਾਤ ਕਰੀਏ ਜੀ ਇੱਕ ਹੋਰ ਛੋਟਾ ਜਿਹਾ ਕਾਵ ਸੰਗ੍ਰਹਿ ਨਿੱਕੀਆਂ ਕਵਤਾਵਾਂ ਦਾ ਆਪਾਂ ਨੂੰ ਵੇਖਣ ਨੂੰ ਮਿਲਦਾ ਜੀ ਦਿਲ ਤਰੰਗ ਜੋ ਨਿੱਕੀਆਂ ਕਵਤਾਾਂ ਦਾ ਸਭ ਤੋਂ ਪਹਿਲਾ ਕਾਵ ਸੰਗ੍ਰਹਿ ਆਪਾਂ ਨੂੰ ਵੇਖਣ ਨੂੰ ਮਿਲਦਾ ਜੀ ਇਹ 1920 ਦੇ ਵਿੱਚ ਪ੍ਰਕਾਸ਼ਿਤ ਹੁੰਦਾਗਾ ਇਹ ਨੋਟ ਕਰ ਲੈਣਾ ਜੀ ਦਿਲਤਰੰਗ ਦੀ ਗੱਲ ਕਰਦੇ ਆ ਨਿੱਕੀਆਂ ਕਵਤਾਵਾਂ ਦਾ ਸਭ ਤੋਂ ਪਹਿਲਾ ਕਾਵ ਸੰਗ੍ਰਹਿ ਸੀ 1920 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਇਹ ਨੋਟ ਕਰ ਲਿਓ ਜੀ ਹੁਣ ਆਪਾਂ ਗੱਲ ਕਰਦੇ ਆ ਜੀ ਜਿਹੜਾ ਪ੍ਰਸਿੱਧ ਹੋਇਆ ਜੀ ਲਹਿਰਾਂ ਦੇ ਹਾਰ ਉਸ ਦੀ ਇਹ ਕਾਵ ਸੰਗ੍ਰਹਿ ਦੇ ਵਿੱਚ ਕੀ ਆ ਜੀ ਲਹਿਰਾਂ ਤਰੰਗ ਦੀਆਂ ਕਵਤਾਵਾਂ ਵੀ ਆ ਨਹੀਂ ਤ੍ਰੇਲ ਤਪਕਾ ਜਿਹੜੀਆਂ ਉਹ ਦਾ ਵੀ ਜ਼ਿਕਰ ਆਪਾਂ ਨੂੰ ਮਿਲਦਾ ਜੀ ਦੀਆਂ 52 ਰਵਾਈਆਂ ਤੋਂ ਬਿਨਾ ਜੀ ਜੀਵਨ ਕੀ ਹੈ ਬੁਲਬਲ ਤੇ ਰਾਹੀ ਠੀਕ ਹੈ ਜੀ ਪੁਸ਼ਪਾਵਤੀ ਅਤੇ ਚੰਦਰ ਵਰਤ ਦੀ ਆਪਾ ਚੰਦਰਾਵਰਤ ਦੀ ਵੇਖਣ ਨੂੰ ਮਿਲਦੀ ਹੈ ਜੀ ਬੈਸਮਿਲ ਮੋਰ ਦੀ ਗੱਲਬਾਤ ਕਰਦੇ ਆਈ ਫੁੰਡਿਆ ਦੋਤਾ ਆਦ ਵਰਗੀਆਂ ਜੋ ਕਵਤਾਵਾਂ ਦਾ ਸੰਕਲਨ ਕੀਤਾ ਗਿਆ ਸੀ ਇਹ ਨੋਟ ਕਰ ਲੈਣਾ ਜੀ ਲਹਿਰਾਂ ਦੇ ਹਾਰ ਦੇ ਵਿੱਚ ਦਿਲਦਰੰਗ ਵਾਲੀਆਂ ਕਵਤਾਵਾਂ ਵੀ ਆਈਆਂ ਜੀ ਤ੍ਰੇਲ ਤੋਕਕੇ ਦੀਆਂ ਵੀ ਆਈਆਂ ਜੀ ਜੀਵਨ ਕੀ ਹੈ ਜੀ ਬੁਲਬਲ ਤੇ ਰਾਹੀ ਵਾਲੀ ਵੀ ਜੋ ਪਸ਼ਪਾਵਤੀ ਦੀ ਤੇ ਚੰਦਰਾ ਵਰਤਾ ਦੀ ਆਪਾਂ ਨੂੰ ਗਲਵਾਤ ਵੇਖਣ ਨੂੰ ਮਿਲਦੀ ਹੈ ਜੀ ਉਹ ਹੈ ਜੀ ਬਿਸਮਿਲ ਮੋਰ ਦੀ ਫੁੰਡਿਆ ਤੋਤਾ ਵਰਗੀਆਂ ਕਵਤਾਮਾਂ ਨੂੰ ਇਹਦੇ ਵਿੱਚ ਸੰਕਲਨ ਕੀਤੀਆਂ ਨੇ ਜੀ ਉਸ ਤੋਂ ਬਾਅਦ ਆਪਾਂ ਗਲਵਾਤ ਕਰਦੇ ਹਾਂ ਜੀ ਜੋ ਮਟ ਖਲਾਰੇ ਆ ਕਾਫੀ ਫਰਸਤ ਹੁੰਦਾ ਸੀ ਇਹ ਖਾਸ ਤੌਰ ਤੇ ਨੋਟ ਕਰ ਲਿਓ ਜੀ ਇਹ ਸੰਗ੍ਰਹਿ ਵਿੱਚ ਭਾਈ ਵੀਰ ਸਿੰਘ ਨੇ ਜੀ ਕਸ਼ਮੀਰ ਦੇ ਜੋ ਸੌਂਦਰੇ ਖੂਬਸੂਰਤੀ ਨੂੰ ਕਵਤਾਮਾਂ ਦੇ ਵਿੱਚ ਸੰਕਲਨ ਕੀਤਾ ਪੇਸ਼ ਕੀਤਾ ਇਹ ਦਾ ਪ੍ਰਕਾਸ਼ਨ 1922 ਦੇ ਵਿੱਚ ਵੇਖਣ ਨੂੰ ਮਿਲਦਾ ਜੀ ਇਹ ਛੋਟੀਆਂ ਕਪਤਾਵਾ ਇਸ ਦੇ ਵਿੱਚ ਜਿਹੜੀਆਂ ਛੋਟੀਆਂ ਕਪਤਾਵਾ ਨੇ ਉਹਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆਗਾ ਜੀ ਉਹ ਕਿਹੜੇ ਤਿੰਨ ਭਾਗ ਨੇ ਸੀ ਵੰਡਿਆ ਗਿਆ ਉਹ ਨੋਟ ਕਰ ਲੈਣਾ ਜੀ ਪਹਿਲਾ ਹੈਗਾ ਜੀ ਰਾਸ ਅ ਰੰਗ ਸੂ ਦੇ ਵਿੱਚ ਪੱਥਰ ਕੰਮਣੀਆਂ ਜੀ ਕਸ਼ਮੀਰ ਨਜ਼ਾਰੀ ਇਹ ਤਿੰਨ ਭਾਗਾਂ ਦੇ ਵਿੱਚ ਕਪਤਾਵਾ ਛੋਟੀਆਂ ਦੇ ਵਿੱਚ ਵੰਡਿਆਗਾ ਉਹਨਾਂ ਦੇ ਨਾਮ ਨੇ ਜੀ ਨੋਟ ਕਰ ਲਿਓ ਤੇ ਇਹਨਾਂ ਤੋਂ ਬਿਨਾ ਜੀ ਚਾਰ ਲੰਮੀਆਂ ਕਪਤਾਵਾਂ ਦੇ ਵਿੱਚ ਵੰਡਿਆ ਜੀ ਕਿਹੜੀਆਂ ਚਾਰ ਲੰਮੀਆਂ ਕਪਤਾਵਾਂ ਨੇ ਜੀ ਨੋਟ ਕਰ ਲਿਓ ਇਹਨਾਂ ਨੂੰ ਇਹਦੇ ਵਿੱਚ ਇਹ ਵੰਡਿਆ ਗਿਆ ਖਾਸ ਤੌਰ ਤੇ ਜੀ ਛੋਟੀਆਂ ਕਪਤਾਵਾਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਵੱਡੀਆਂ ਕਪਤਾਵਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਨੋਟ ਕਰ ਲੈਣਾ ਜੀ ਖਾਸ ਤੌਰ ਤੇ ਇਹਦੀ ਵਿਸ਼ੇਸ਼ਤਾ ਹੈਗੀ ਹੈ ਜੀ ਇਸ ਪੁਸਤਕ ਨੂੰ ਜੀ ਆਪਾਂ ਗੱਲਬਾਤ ਕਰੀਏ ਜੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵੱਲੋਂ 1000 ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਹੁਣ ਨੋਟ ਕਰ ਲੈਣਾ ਜੀ ਕਿ ਯਾਰ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬ ਜੁਨੀਵਰਸਿਟੀ ਦੇ ਵੱਲੋਂ ਇਹਨਾਂ ਨੂੰ ਕਿਹੜਾ ਇਨਾਮ ਦਿੱਤਾ ਗਿਆ ਸੀਗਾ ਖਾਸ ਤੌਰ ਤੇ ਜੀ ਕਿਹੜੀ ਜੁਨੀਵਰਸਿਟੀ ਦੇ ਵੱਲੋਂ ਤੇ ਕਿੰਨਾ ਇਨਾਮ ਸੀ ਉਸ ਤੋਂ ਬਾਅਦ ਆਪਾਂ ਗੱਲਬਾਤ ਕਰੀਏ ਜੀ ਸ੍ਰੀ ਕਲਗੀਧਰ ਚਮਤਕਾਰ ਇਹ ਦੋ ਭਾਗਾਂ ਦੇ ਵਿੱਚ ਸ਼ਬਦੀ ਹੈ ਜੀ 1925 ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦਾ ਇਹਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਪੂਰਬੀ ਰਤ ਦੇ ਵਿੱਚ ਕੈਲੋ ਜੀ 56 ਸਾਖੀਆਂ ਨੇ ਉਤਰਾ ਰਸ ਦੇ ਵਿੱਚ 48 ਸਾਖੀਆਂ ਦੇ ਵਿੱਚ ਵੰਡ ਕੀਤੀ ਆ। ਸ੍ਰੀ ਕਲਗੀਧਰ ਚਮਤਕਾਰ ਦੀ ਆਪਾਂ ਗੱਲਬਾਤ ਕਰੀਏ ਜੀ 1925 ਦੇ ਵਿੱਚ ਸ਼ਬਦਾ ਦੋ ਭਾਗ ਨੇ ਜੀ। ਪਹਿਲੇ ਭਾਗ ਵਿੱਚ ਪੂਰਵੀ ਰਾਥ ਜੋ ਭਾਗ ਹੈ ਜੀ ਉਹਦੇ ਵਿੱਚ 56 ਸਾਖੀਆਂ ਰੱਖੀਆਂ ਨੇ। ਅਗਲੇ ਭਾਗ ਦੇ ਵੀ ਆਪਾਂ ਗੱਲ ਕਰੀਏ ਜੀ ਉਤਰਾ ਰਸ ਦੀ। ਉਹਦੇ ਵਿੱਚ 48 ਰੱਖੀਆਂ ਗਈਆਂ। ਇਹਨਾਂ ਤੋਂ ਬਿਨਾਂ ਜੀ 20 ਜੋ ਸਾਖੀਆਂ ਕਪਤਾਵਾ ਦੇ ਵਿੱਚ ਇਹ ਖ ਨੂੰ ਮਿਲਦੀਆਂ ਜੀ 22 ਗੀਤ ਨੇ ਜੀ ਇਹਦੇ ਵਿੱਚ ਸ਼ਾਮਲ ਕੀਤੇ ਆਮ ਤੌਰ ਤੇ ਆਪਾਂ ਗੱਲਬਾਤ ਕਰਦੇ ਹਾਂ ਜਦੋਂ ਜੀ ਸਾਖੀਆਂ ਦੇ ਅੰਤ ਤੇ ਗਾਏ ਗਏ ਹਨ ਜਿਹੜਾ ਬਾਈ ਗੀਤਾਂ ਦੀ ਜ਼ਿਕਰ ਕੀਤੀ ਹੈ ਜਿਕਰ ਕਰਦੇ ਰਹੇ ਆ ਤਾਂ ਇਹ ਕਿੱਥੇ ਗਾਏ ਜਾਂਦੇ ਨੇ ਸਾਖੀਆਂ ਦੇ ਅੰਤ ਤੇ ਗਾਏ ਜਾਂਦੇ ਆ ਜੀ ਜੋ ਬਾਈ ਇੱਕ ਖਾਸ ਤੌਰ ਤੇ ਨੋਟ ਕਰ ਲੈਣਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇੱਕ ਉਹਨਾਂ ਦੀ ਹੋਰ ਪ੍ਰਸਿੱਧ ਰਚਨਾ ਬਿਜਲੀਆਂ ਦੇ ਹਾਰ ਇਦੇ ਵਿੱਚ ਕੀ ਆ ਜੀ ਭਾਈ ਸਾਹਿਬ ਨੇ ਜੀ ਨਿੱਕੀਆਂ ਲਮੇਰੀਆਂ ਜੋ ਲਮੀਆਂ ਕਪਤਾਮਾ ਨੇ ਦੋਵੇਂ ਤਰ੍ਹਾਂ ਦੀਆਂ ਵੇਖਣ ਨੂੰ ਮਿਲਦੀਆਂ ਜੀ ਇਹਦੇ ਵਿੱਚ ਭਾਈ ਸਾਹਿਬ ਦਾ ਖਿਆਲ ਨੇ ਉਡਾਰੀਆਂ ਨੇ ਉਹਦੇ ਵਿੱਚ ਬਿਆਨ ਕੀਤੇ ਗਏ ਨੇ 1927 ਦੇ ਵਿੱਚ ਪ੍ਰਕਾਸ਼ਨ ਹੁੰਦਾ ਜੀ ਉਸ ਜੋ ਲਮੀਆਂ ਕਪਤਾਮਾ ਨੇ ਉਹਨਾਂ ਦੇ ਨਾਮ ਨੋਟ ਕਰ ਲਿਓ ਜੀ ਜੋ ਲਮੀਆਂ ਕਪਤਾਮਾ ਨੇ ਲਮੇਰੀਆਂ ਕਮਤਾਵਾ ਨੇ ਜੀ ਉਹਨਾਂ ਦਾ ਆਟਕ ਮਰਦਾ ਕੁੱਤਾ ਕਤਵ ਦੀ ਲਾਠ ਠੀਕ ਹੈ ਜੀ ਬੋਲਾ ਕਵਾਨੀ ਪਿਆਰ ਤੇ ਫਰਜ਼ ਦੀਆਂ ਦੇਵੀਆਂ ਦਾ ਸੰਵਾਦ ਗੰਗਾ ਰਾਮ ਠੀਕ ਹੈ ਜੀ ਕੁਝ ਹੋਰ ਜੋ ਕਵਤਾਵਾਂ ਨੇ ਜੀ ਇਹ ਜੋ ਲਮੀਆਂ ਕਵਤਾਵਾਂ ਦੇ ਨਾਮ ਨੋਟ ਕਰ ਲਿਓ ਜੀ ਖਾਸ ਤੌਰ ਤੇ ਜੀ ਇਹ ਨੋਟ ਕਰ ਲੈਣਾ ਜੀ ਲਮੀਆਂ ਕਵਤਾਵਾਂ ਦੇ ਕਈਰ ਨਾਵਾਂ ਦੀ ਗੱਲਬਾਤ ਹੁੰਦੀ ਹੈ ਉਦੋਂ ਇਹ ਨੋਟ ਕਰ ਲੈਣਾ ਜੀ ਇਹ ਕਿਹੜੇ ਸੰਗ੍ਰਹਿ ਦੇ ਵਿੱਚ ਹੈ ਇਹਨਾਂ ਦੇ ਨਾਮ ਤੇ ਕਿਹੜੇ ਸੰਗ੍ਰਹਿ ਦੇ ਵਿੱਚ ਸ਼ਾਮਲ ਨੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਸ੍ਰੀ ਗੁਰੂ ਨਾਨਕ ਚਮਤਕਾਰ ਇਹਦਾ ਪ੍ਰਕਾਸ਼ਨ 1928 ਦੇ ਵਿੱਚ 12 ਅਧਿਆਏ ਨੇ ਜੀ 12 ਅਧਿਆਏ ਕਿਹੜੇ-ਕਿਹੜੇ ਨੇ ਜੀ ਕਿਹੜੇ-ਕਿਹੜੇ ਵਿੱਚ ਵੰਡ ਕਰਦੇ ਨੇ ਜੀ ਪਹਿਲੇ ਜੋ ਪੁਰਵਾ ਰਥ ਹੈ ਇਹ ਪੰਜ ਅਧਿਆਏ ਦੀ ਹੈ ਤੇ ਸੱਤ ਅਗਰੇ ਨੇ ਜੀ ਉਤਰਾ ਰਸ ਦੇ ਵਿੱਚ ਜੋ ਪਹਿਲੇ ਪੰਜ ਨਹੀਂ ਪੁਰਵਾ ਰਥ ਦੇ ਵਿੱਚ ਗੁਨਾਕ ਦੇਵ ਜੀ ਦੇ ਨਾਲ ਸਵੰਦਿਤ 54 ਸਾਖੀਆਂ ਦਾ ਵਰਣਨ ਹੈ ਜੀ ਉਤਰਾ ਰਸ ਦੇ ਵਿੱਚ 41 ਜੋ ਸਾਖੀਆਂ ਵੇਖਣ ਨੂੰ ਮਿਲਦੀਆਂ ਜੀ ਨੋਟ ਕਰ ਲੈਣਾ ਜੀ ਇਹ ਚੀਜ਼ ਜਦੋਂ ਆਪਾਂ ਸ੍ਰੀ ਗੁਰੂ ਨਾਨਕ ਜਮਤਕਾਰ ਦੀ ਗੱਲ ਕਰਦੇ ਆਂ 12 ਅਧਿਆਏ ਜੀ 12 ਅਧਿਆਏ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਜੀ ਪਹਿਲੇ ਤੇ ਪਹਿਲੇ ਭਾਗ ਨੂੰ ਪਹਿਲੇ ਭਾਗ ਦੇ ਵਿੱਚ 5 ਆਏ ਜੀ ਪੂਰਵਾਰਥ ਰਥ ਦੇ ਵਿੱਚ ਗੁਨਾਕ ਦੇਵ ਜੀ ਨਾਲ ਸੰਬੰਧਿਤ ਨੇ ਇਹਦੇ ਵਿੱਚ ਕਿੰਨੀਆਂ ਸਾਖੀਆਂ ਨੇ ਜੀ ਟੋਟਲ 54 ਸੱਤ ਜੋ ਅਗਲੇ ਆਉਂਦੇ ਨੇ ਜੀ ਉਤਰਾ ਰਥ ਭਾਗ ਹੈ ਅਧਿਆਏ ਦੇ ਵਿੱਚ ਸੱਤ ਅਧਿਆਏ ਦੇ ਵਿੱਚ 41 ਜੋ ਸਾਖੀਆਂ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਇਨ੍ਹਾਂ ਵਿੱਚੋਂ ਜੀ 10 ਸਾਖੀਆਂ ਦੇ ਅੰਤ ਤੇ ਕਵਤਾਵਾਂ ਨੇ ਇਸ ਤੋਂ ਇਲਾਵਾ ਜੀ ਜੋ 43 ਗੀਤ ਨੇ ਜੋ ਸਾਖੀਆਂ ਦੇ ਅੰਤ ਤੇ ਦਿੱਤੇ ਗਏ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਨੋਟ ਕਰ ਲੈਣਾ ਜੀ ਖਾਸ ਗੱਲ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਜੀ ਕਿੰਨੇ ਅਧਿਆਏ ਨੇ ਜੀ ਪਹਿਲੇ ਜੋ ਅਧਿਆਏ ਦੇ ਵਿੱਚ ਆਪਾਂ ਗੱਲਬਾਤ ਕਰੀਏ ਜੀ ਪਹਿਲੇ 5 ਭਾਗਾਂ ਦਾ ਜੋ ਅਧਿਆਏ ਨੂੰ ਵੰਡ ਹੈ ਉਹਦੇ ਵਿੱਚ ਕਿੰਨੀਆਂ ਨੇ ਸਾਖੀਆਂ ਬੈਕ ਅਧਿਆਏ ਦੇ ਵਿੱਚ ਕਿੰਨੀਆਂ ਨੇ ਜੀ ਉਸ ਤੋਂ ਬਾਅਦ ਆਪਾਂ ਗੱਲਬਾਤ ਕਰੀਏ ਜੀ ਬ੍ਰੀਤ বিনা ਖਾਸ ਤੌਰ ਤੇ ਨੋਟ ਕਰ ਲਿਓ ਜੀ ਇੱਕ ਲੰਮੀ ਕਿਤਾ ਹੈਗੀ ਆ 1901 ਅਦੋ ਲਿਖੀ ਗਈ ਸੀ ਜੀ 1928 ਦੇ ਵਿੱਚ ਗੁਲਮਰਗ ਦੇ ਵਿੱਚ ਆਪਾਂ ਖਾਸ ਤੌਰ ਤੇ ਨੋਟ ਕਰ ਲੈਣਾ ਜੀ ਜੋ ਲੰਮੀ ਕਿਤਾ ਹੈਗੀ ਆ 1928 ਚ ਗੁਲਮਰਗ ਦੇ ਵਿੱਚ ਲਿਖੀ ਗਈ ਹੈ ਸਤੰਬਰ 1900 29 ਦੇ ਵਿੱਚ ਇਹਦਾ ਪ੍ਰਕਾਸ਼ਨ ਕੀਤਾ ਗਿਆ ਇਸ ਦੇ ਵਿੱਚ ਕੀ ਵੇਖਣ ਨੂੰ ਮਿਲਦਾ ਜੀ ਇਸ ਹਫ਼ਤਾ ਦੇ ਵਿੱਚ ਆਤਮਾ ਪਰਮਾਤਮਾ ਦੇ ਵਿਰੋਧ ਵਿਰਾਹ ਦੇ ਜੋ ਦੁੱਖ ਹੈਗੇ ਆ ਜੀ ਉਹਨਾਂ ਨੂੰ ਤੇ ਸੁਹਾਗ ਸੰਜੋਗ ਨੂੰ ਪੇਸ਼ ਕੀਤਾ ਆ ਵੇਖਣ ਨੂੰ ਮਿਲਦਾ ਜੀ 28 ਦੇ ਵਿੱਚ ਲਿਖੀ ਗਈ ਆ ਜੀ 29 ਦੇ ਵਿੱਚ ਇਹਦਾ ਪ੍ਰਕਾਸ਼ਨ ਹੁੰਦਾ ਜੀ ਕਿੱਥੇ ਲਿਖੀ ਗਈ ਆ ਕਿਆ ਯਾਰ ਸਵਾਲ ਆ ਜਾਂਦਾ ਉਹ ਨੋਟ ਕਰ ਲੈਣਾ ਸੀ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦਿਆਂ ਸੀ ਕੰਮ ਦੀ ਕਲਾਈ ਇਹਦਾ ਕਾਫੀ ਨਾਮ ਆਂਦਾ ਸੀ 1933 ਦੇ ਵਿੱਚ ਇਹਦਾ ਪ੍ਰਕਾਸ਼ਨ ਹੁੰਦਾ ਤਾਂ ਇਸ ਦੀ ਗੱਲਬਾਤ ਕਰੀਏ ਜੀ ਇਹ ਭਾਈ ਵੀਰ ਸਿੰਘ ਜੀ ਦੇ ਦੁਆਰਾ ਗੁਰਪਰਵਾ ਦੇ ਅਫਸਰਾਂ ਤੇ ਸਮੇ ਸਮੇਤੇ ਰਚੇ ਧਾਰਮਿਕ ਗੀਤਾਂ ਦਾ ਸੰਕਲਨ ਹਨ ਜੀ ਕੰਦੀ ਕਲਾਈ ਦੇ ਵਿੱਚ ਕੀ ਚੀਜ਼ ਪੇਸ਼ ਕੀਤੀ ਆ ਜੀ ਨੋਟ ਕਰ ਲਿਓ ਜੀ 1933 ਦੇ ਵਿੱਚ ਪ੍ਰਕਾਸ਼ਨ ਹੁੰਦਾ ਇਹਦੇ ਵਿੱਚ ਜੋ ਗੁਰਪੁਰਬ ਹੁੰਦੇ ਸੀ ਉਹਨਾਂ ਦੇ ਅਵਸਰਾਂ ਤੇ ਸਮੇ ਸਮੇਤੇ ਗੀਤ ਰਚੇ ਗਏ ਸੀ ਉਹ ਧਾਰਮਿਕ ਗੀਤਾਂ ਨੂੰ ਕਿਹਦੇ ਵਿੱਚ ਇਕੱਠਾ ਕੀਤਾ ਗਿਆ ਸੰਕਲਨ ਕੀਤਾ ਗਿਆ ਕੰਦੀ ਕਲਾਈ ਦੇ ਵਿੱਚ ਇਹ ਇੱਕ ਪਹਿਲਾ ਆਪਾਂ ਗੱਲਬਾਤ ਕਰੀਏ ਜੀ ਖਾਸ ਤੌਰ ਤੇ ਇਨਾਂ ਦੇ ਵਿੱਚ ਕੀ ਕੀ ਵੇਖਣ ਨੂੰ ਮਿਲਦਾ ਜੀ ਖਾਲਸਾ ਸਮਾਚਾਰ ਦੇ ਅੰਕ ਦੇ ਵਿੱਚ ਪ੍ਰਕਾਸ਼ਿਤ ਹੁੰਦੇ ਨੇ ਜੀ ਇਹ ਇਹ ਗੀਤ ਕਾਮਦੀ ਕਲਾਈ ਜਿਸ ਦੀ ਆਪਾਂ ਗੱਲਬਾਤ ਕਰਦੇ ਹਾਂ ਖਾਸ ਤੌਰ ਤੇ ਜੀ ਕਿੱਥੇ ਪਹਿਲੀ ਵਾਰ ਪੇਸ਼ ਕੀਤਾ ਹੋਇਆ ਸੀ ਨੋਟ ਕਰ ਲੈਣਾ ਜੀ ਤੇ ਖਾਸ ਚੀਜ਼ਾਂ ਨੇ ਕੁਝ ਇਹਨਾਂ ਨੂੰ ਨੋਟ ਕਰ ਲਿਓ ਜੀ ਗੰਤ ਮਹਿਲੀ ਦੀ ਇਹ ਜੋ 12 ਮਾਹ ਦੇ ਰੂਪ ਵਿੱਚ ਹੈ 1950 ਦੇ ਵਿੱਚ ਲਿਖੀ ਗਈ ਕਵਿਤਾ ਇਸ ਦੇ ਵਿੱਚ ਕੀ ਵੇਖਣ ਨੂੰ ਆਤਮਾ ਪਰਮਾਤਮਾ ਦੇ ਜੋ ਵਿਛੋੜੇ ਦਾ ਦੁੱਖ ਹੈ ਉਸ ਨੂੰ ਪੇਸ਼ ਕੀਤਾ ਵੇਖਣ ਨੂੰ ਮਿਲਦਾ ਜੀ ਇਹ ਖਾਸ ਤੌਰ ਤੇ ਨੋਟ ਕਰ ਲੈਣਾ ਜੀ ਕਾਂਤ ਮਹੇਲੀ ਦੀ ਇਹ ਕੀ ਆ ਬਾਰਾਮਾ ਜੀ ਜਿਵੇਂ ਦੀ ਆਪਾਂ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ 1950 ਦੇ ਵਿੱਚ ਸ਼ਬਦਾ ਆਤਮਾ ਤੇ ਪਰਮਾਤਮਾ ਦੇ ਵਿੱਚ ਜੋ ਵਿਛੋੜਿਆ ਜੀ ਉਸ ਦੇ ਜੋ ਦੁੱਖ ਨੂੰ ਦਰਦ ਨੂੰ ਪੇਸ਼ ਕੀਤਾਗਾ ਸ੍ਰੀ ਅਸ਼ਟ ਗੁਰੂ ਚਮਤਕਾਰ ਇਹਦੀ ਆਪਾਂ ਗੱਲਬਾਤ ਕਰੀਏ ਜੀ 1952 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਇਸ ਦੇ ਵਿੱਚ ਕੀ ਪੇਸ਼ ਕੀਤਾ ਗਿਆ ਇਸ ਪੁਸਤਕ ਦੇ ਵਿੱਚ ਕੀ ਜੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਬਾਕੀ ਦੇ 8 ਗੁਰੂ ਸਾਹਿਬਾਨ ਦੇ ਬਾਰੇ ਸਾਖੀਆਂ ਨੂੰ ਸੰਕਲਨਿਤ ਕੀਤਾ ਗਿਆ ਆਪਾਂ ਨੂੰ ਵੇਖਣ ਨੂੰ ਮਿਲਦਾ ਉਹ ਪ੍ਰਯੋਗ ਕੀਤਾ ਗਿਆ ਹੈ ਜੀ ਪ੍ਰਯੋਜਨ ਕੀਤਾ ਗਿਆ ਹੈਗਾ ਉਹਨਾਂ ਦੁਆਰਾ ਕਿ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਬਾਕੀ ਦੇ ਜੋ 8 ਗੁਰੂ ਸਾਹਿਬਾਨ ਹੋਏ ਨੇ ਜੀ ਉਹਨਾਂ ਦੀਆਂ ਸਾਖੀਆਂ ਦਾ ਸੰਕਲਨ ਕੀਤਾ ਗਿਆ ਆਪਾਂ ਨੂੰ ਵੇਖਣ ਨੂੰ ਮਿਲਦਾ ਕਿ ਜਿਹੜੇ ਗੁਰੂਆਂ ਦੀ ਇਹ ਸੰਕਲਨ ਦੀ ਗੱਲਬਾਤ ਹੋ ਰਹੀ ਹੈ ਜੀ ਇਹ ਚੌਥੇ ਗੁਰੂ ਤੱਕ ਕੀ ਕਰ ਸਕੀ ਉਸ ਤੋਂ ਬਾਅਦ ਹੋਰ ਵਿਦਵਾਨਾਂ ਨੇ ਇਹਨੂੰ ਕੰਪਲੀਟ ਕੀਤਾ ਇਹ ਗੱਲ ਨੋਟ ਕਰ ਲਿਓ ਜੀ ਖਾਸ ਤੌਰ ਤੇ ਗੱਲਬਾਤ ਹੋ ਰਹੀ ਹੈ ਜੀ ਮੇਰੇ ਸਾਈਆਂ ਜੀ ਉਹ ਜੋ ਕਾਵ ਸੰਗ੍ਰਹਿ ਉਸ ਦੇ ਬਾਰੇ 1955 ਦੇ ਵਿੱਚ ਇਹਨੂੰ ਅਵਾਰਡ ਮਿਲਦਾ ਸੀ ਸਹਿਤ ਅਕਾਦਮੀ ਪੁਰਸਕਾਰ ਤੇ ਇਸ ਦੀ ਆਪਾਂ ਗੱਲਬਾਤ ਕਰਦੇ ਹਾਂ ਇਸ ਦੇ ਵਿੱਚ ਕਹ ਲਓ ਜੀ ਕਿੰਨੀਆਂ ਕਵਤਾਵਾਂ ਨੇ ਜੀ 72 ਨੇ ਜਿਨ੍ਹਾਂ ਦੇ ਵਿੱਚੋਂ 11 ਰਵਾਈ ਨੇ 9 ਇਹਦੇ ਵਿੱਚੋਂ ਜੀ ਸੰਦਵਦ ਕਵਤਾਵਾਂ ਤੋਂ ਮੁਕਤ ਕਹ ਲੋ ਜੀ ਮੁਕਤ ਸੰਦਵਦ ਕਿਵਤਾਵਾਂ ਲਿਖੀਆਂ ਹੋਈਆਂ ਵੇਖਣ ਨੂੰ ਮਿਲਦੀਆਂ ਨੇ ਇਹ ਨੋਟ ਕਰ ਲੈਣਾ ਜੀ ਮੇਰੇ ਸਾਈਆਂ ਜੀਓ ਦੇ ਵਿੱਚ ਟੋਟਲ ਕਿੰਨੀਆਂ ਕਵਤਾਵਾਂ ਨੇ 72 11 ਰਿਵਾਈ ਸੰਦਵਦ ਕਵਤਾਵਾਂ ਨੌ ਨੇ ਇਸ ਤੋਂ ਇਲਾਵਾ ਜੀ ਸੰਦ ਮੁਕਤ ਜੋ ਕਵਤਾਵਾਂ ਲਿਖੀਆਂ ਨੇ ਇਹਨਾਂ ਦਾ ਸੰਗ੍ਰਹਿਣ ਵੀ ਇਹਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦਾ ਇਹ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਤਾਵਾਂ ਨਿੱਜੀ ਅਨੁਭਵਾਂ ਦੇ ਅਹਿਸਾਸ ਨਿੱਜੀ ਜੋ ਵਲਵਲੇਆਂ ਦੀ ਪੇਸ਼ਕਾਰੀ ਕਰਦੀਆਂ ਨੇ ਉਹਨੂੰ ਇਸ ਤਰ੍ਹਾਂ ਦੀ ਪੇਸ਼ਕਾਰੀ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਨਿਜੀ ਜੋ ਵਲਵਲੇ ਆਂਦੀ ਹੈ ਇਸ ਤੋਂ ਲਾ ਬਾਪ ਗੱਲਬਾਤ ਕਰੀਏ ਜੀ ਖਾਸ ਤੌਰ ਤੇ ਆਦਰਸ਼ਕ ਪ੍ਰੀਤਮ ਦੇ ਜੋ ਵਿਛੋੜੇ ਦੀ ਗੱਲਬਾਤ ਕਰਦੀਆਂ ਨੇ ਜੀ ਉਸ ਤੋਂ ਬਾਅਦ ਵਿਛੋੜੇ ਦੀਆਂ ਜੋ ਕਹਿ ਲੋ ਜੀ ਦਰਦ ਹੈ ਉਸ ਨੂੰ ਵੇਖਣ ਨੂੰ ਮਿਲਦਾਗਾ ਆਦਰਸ਼ ਪ੍ਰੀਤਮ ਨਾਲ ਜੋ ਸੰਮੁਖਤਾ ਦੇ ਭਾਵਾਂ ਨੂੰ ਉਸਾਲਿਆ ਤੇ ਉਲਿੱਕਿਆ ਗਿਆ ਵੇਖਣ ਨੂੰ ਮਿਲਦਾ ਜੀ ਇਹਦੇ ਵਿੱਚ ਖਾਸ ਤੌਰ ਤੇ ਜੀ ਜੋ ਆਦਰਸ਼ ਪ੍ਰੀਤਮ ਵਿਸ਼ੋੜੇ ਦੀ ਏ ਜੋ ਕਸ ਕਹਾਣੀ ਜੀ ਉਸ ਤੋਂ ਅਲਾਵਾ ਆਦਰਸ਼ ਪ੍ਰੀਤਮ ਨਾਲ ਜੋ ਸੰਮੁਖਤਾ ਵਿੱਚ ਭਾਵਾਂ ਦੀ ਉਸਾਰਿਆ ਨੂੰ ਉਲਿੱਕਿਆ ਗਿਆ ਸੀ ਸਧਾਰਨ ਭਾਸ਼ਾ ਦੇ ਵਿੱਚ ਕਹੀਏ ਜੀ ਆਮ ਤੌਰ ਤੇ ਜੋ ਪ੍ਰੀਤਮ ਦੇ ਵਿਸ਼ੋੜੇ ਦੀ ਦੁਖਦਾਰਦਾ ਜੀ ਉਹ ਆਪਾਂ ਨੂੰ ਵੇਖਣ ਨੂੰ ਮਿਲਦਾ ਹੈਗਾ ਇਹਦੇ ਵਿੱਚ ਇਸ ਤੋਂ ਇਲਾਵਾ ਜੀ ਉਹਦੇ ਜੋ ਭਾਵ ਨਹੀਂ ਉਹਨਾਂ ਨੂੰ ਵਿਅਕਤ ਕੀਤਾ ਗਿਆ ਵੇਖਣ ਪਾਇ ਵੀਰ ਸਿੰਘ ਦੀਆਂ ਕਵਤਾਵਾਂ ਦੇ ਜੋ ਵਿਸ਼ੇ ਨੇ ਜੀ ਉਹਨਾਂ ਦੀ ਥੋੜੀ ਬਾਕੀ ਚਰਚਾ ਕਰਦੇ ਨੇ ਕਿ ਕਿਸ ਤਰ੍ਹਾਂ ਦੇ ਵਿਸ਼ੇ ਉਹਨਾਂ ਦੀਆਂ ਕਵਤਾਵਾਂ ਵਿੱਚ ਪੇਸ਼ ਹੋਏ ਨੇ ਜੀ ਨਿੱਕੀ ਗੋਦ ਦੇ ਵਿੱਚ ਜਾਂ ਆਪਾਂ ਗੱਲਬਾਤ ਕਰੀਏ ਤਾਂ ਉਹਦੇ ਵਿੱਚ ਪ੍ਰਕਿਰਤੀ ਦੀ ਖੂਬਸੂਰਤੀ ਵਿੱਚ ਨੂਰੀ ਪ੍ਰੀਤਮ ਦੇ ਦਿਦਾਰ ਨੂੰ ਮਾਣਿਆ ਗਿਆ ਸੀ ਨਿੱਕੀ ਗੋਦ ਜੋ ਜੀ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਵਿਸ਼ਾ ਹੈਗਾ ਜੀ ਪ੍ਰਕਿਰਤੀ ਦੀ ਖੂਬਸੂਰਤੀ ਦੇ ਵਿੱਚ ਹੈ ਪ੍ਰੀਤਮ ਦੀ ਕਹ ਲੋ ਜੀ ਦਿਦਾਰ ਨੂੰ ਮਾਣਿਆ ਗਿਆ ਖਾਸ ਤੌਰ ਤੇ ਗੱਲਬਾਤ ਕਰਦੇ ਨੂਰੀ ਜੋ ਪ੍ਰੀਤਮ ਹੈ ਸੀ ਉਸ ਦੇ ਪਰਮਾਤਮਾ ਨਾਲ ਸੰਬੰਧਿਤ ਚਾਹ ਰਹਿ ਸਵਾਦ ਨਾਲ ਸੰਬੰਧਿਤ ਉਹਨਾਂ ਦੀ ਕਿਪਤਾ ਹੈਗੀ ਹੈ ਨਿੱਕੀ ਗੋਦ ਦੇ ਵਿੱਚ ਇਹ ਲੈਣਾ ਨੋਟ ਕਰ ਲੈਣਾ ਜੀ ਇਹਦੇ ਨਾਲ ਸੰਬੰਧਿਤ ਜੋਨੇ ਜੀ ਨਿੱਕੀ ਗੋਦ ਦੇ ਵਿੱਚ ਤਾਂ ਉਹਦੇ ਵਿੱਚ ਕੀ ਪੇਸ਼ ਕਰਦੇ ਨੇ ਨਿੱਕੀ ਗੋਦ ਦੇ ਵਿੱਚ ਅਜ ਨੂਰ ਦੇ ਤੜਕੇ ਜਦੋਂ ਮੈਂ ਲੈ ਰਹੀ ਸੀ ਸਵੇਰੇ ਅੰਗੜਾਈਆਂ ਇਸ ਤਰ੍ਹਾਂ ਦੀਆਂ ਲੈਣਾ ਨੇ ਜੀ ਇਹਨਾਂ ਨੂੰ ਨੋਟ ਕਰ ਲੈਣਾ ਜੀ ਖਾਸ ਤੌਰ ਗਲਾਬ ਦਾ ਫੁੱਲ ਤੋੜਨ ਵਾਲੇ ਨੂੰ ਬਹੁਤ ਪ੍ਰਸਿੱਧ ਕਿਤਾਹ ਹੈ ਗੀਅਸ ਜੀ ਉਸ ਦੇ ਵਿੱਚ ਇਹ ਕਰਵਾਈ ਹੈ ਤੇ ਇਸ ਗਲਾਬ ਦੇ ਤੋੜਨ ਗਲਾਬ ਦੇ ਫੁੱਲ ਤੋੜਨ ਦੇ ਮਾਦਵ ਰਾਹੀਂ ਪ੍ਰਕਿਰਤੀ ਸੋਝ ਦੇਖਣ ਦਾ ਪਾਵ ਮਾਨਣ ਦਾ ਉਪਦੇਸ਼ ਦਿੱਤਾ ਗਿਆ ਜੀ ਇਹਦੇ ਵਿੱਚ ਗਲਾਬ ਤੋੜਨ ਤੋਂ ਲੋਕਾਂ ਨੂੰ ਵਰਜਿਆ ਗਿਆ ਪਾਪ ਉਹਨਾਂ ਨੂੰ ਪ੍ਰਕਿਰਤੀ ਦਾ ਸੋਝ ਵੇਖਣ ਦੀ ਮਾਨਣ ਦਾ ਉਪਦੇਸ਼ ਦਿੱਤਾ ਗਿਆ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹਟਮੈ ਕਾਂਦੀ ਲਈ ਜੀ ਇਹ ਖਾਸ ਤੌਰ ਤੇ ਲੈਣਾ ਨਹੀਂ ਬਹੁਤ ਪ੍ਰਸਿੱਧ ਹੀ ਪੋエム ਹੈਗੀ ਉਹਨਾਂ ਦੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅਚਨ ਚੇਤੀ ਦੀ ਅਚਨ ਚੇਤੀ ਦਾ ਝਲਕਾ ਜੀ ਉਸ ਦਾ ਉਸ ਦੇ ਵਿੱਚ ਕੀ ਵੇਖਣ ਨੂੰ ਮਿਲਦਾ ਜੀ ਪ੍ਰੀਤਮ ਮਲਾਪ ਨੂੰ ਰੋਮਾਂਟਿਕ ਅੰਦਾਜ਼ ਦੇ ਵਿੱਚ ਛਿਤਰਿਆ ਗਿਆ ਅਚਨ ਚੇਤੀ ਚਾਂਕ ਕਿਸ ਚੀਜ਼ ਨੂੰ ਮਿਲਣਾ ਸੀ ਉਸ ਦੇ ਵਿੱਚ ਖਾਸ ਤੌਰ ਤੇ ਨਹੀਂ ਰੋਮਾਂਟਿਕ ਜੋ ਰੰਗ ਹੈ ਜੀ ਖਾਸ ਤੌਰ ਤੇ ਜੀ ਇਹ ਵੇਖਣ ਨੂੰ ਮਿਲਦੀਆਂ ਨੇ ਜੀ ਇਹ ਲੈਣਾ ਨੋਟ ਕਰ ਲੈਣੇ ਜੀ ਤਿਲਕ ਗਈ ਮੇਰੇ ਹੱਥ ਦੀਪੂਨੀ ਜੀ ਇਹ ਕੁਝ ਲੈਣਾ ਨੇ ਜੀ ਖਾਸ ਅੰਦਾਜ਼ ਦੇ ਵਿੱਚ ਰੋਮਾਂਟਿਕ ਅਦਾਜ਼ ਦੇ ਵਿੱਚ ਉਸ ਤੋਂ ਬਾਅਦ ਜੀ ਉਹਨਾਂ ਦੀ ਸਭ ਤੋਂ ਪ੍ਰਸਿੱਧ ਪੋਇਮ ਹੈਗੀ ਸਮਾਂ ਸਮੇਂ ਦੇ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਜੀ ਸਮੇਂ ਦੀ ਕਪਤਾਨ ਇੱਕ ਤਾਂ ਹੈਗਾ ਸਮੇ ਦਾ ਮਾਨਵੀਕਰਨ ਹੈ ਸਮੇ ਦਾ ਸਦ ਉਪਯੋਗ ਹੈ ਦੋ ਵਿਸ਼ੇ ਨੇ ਜੀ ਇਹਦੇ ਵਿੱਚ ਕਵਿਤਾ ਦੇ ਵਿੱਚ ਨੋਟ ਕਰ ਲਿਓ ਜੀ ਸਮੇਂ ਦੇ ਵਿੱਚ ਦੋ ਭਾਗ ਦੇ ਵਿੱਚ ਵੰਡਦੇ ਆ ਜੀ ਇੱਕ ਤਾਂ ਸਮੇ ਦਾ ਮਾਨਵਿਕरण ਕੀਤਾ ਗਿਆ ਇੱਕ ਸਦ ਉਪਯੋਗ ਤਾਂ ਇਹਦੀਆਂ ਕੁਝ ਲੈਣਾ ਨੇ ਜੀ ਰਹੀ ਕ ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮੇਂ ਨੇ ਖਸਕਾਈ ਕਰਨੀ ਜੀ ਇਹ ਬਹੁਤ ਹੀ ਪ੍ਰਸਿੱਧ ਲੈਣਾ ਨੇ ਜੀ ਖਾਸ ਤੌਰ ਤੇ ਨੋਟ ਕਰ ਲੈ ਲੋ ਜੀ ਜੋ ਉਹਨਾਂ ਦੀ ਪ੍ਰਸਿੱਧ ਰਚਨਾ ਹੈਗੀ ਆ ਸਮੇਂ ਨਾਲ ਸੰਬੰਧ ਇਸ ਤੋਂ ਇਲਾਵਾ ਜੀ ਆਪਾਂ ਹੋਰ ਕਵਤਾਵਾਂ ਦੀ ਗੱਲ ਕਰੀਏ ਜੀ ਇਸ ਤੋਂ ਇਲਾਵਾ ਸਦਕੇ ਤੇਰੀ ਜਾਦੂਗਰੀ ਦੇ ਇਹ ਕੀ ਹੈ ਜੀ ਸੰਬੋਧਨੀ ਗੀਤ ਹੈ ਕੰਮ ਦੀ ਕਲਾਈ ਜੋ ਪ੍ਰਗੀਤਕ ਰਚਨਾ ਹੈਗੀ ਹੈ ਉਸ ਤੋਂ ਬਾਅਦ ਵਨ ਸਫਾ ਦੇ ਫੁੱਲ ਜੋ ਪ੍ਰਕਿਰਤੀ ਦਾ ਮਾਨਵੀ ਚਤਨ ਬੇਸ਼ ਕੀਤਾ ਗਿਆ ਟੁਕੜੀ ਜੱਗ ਤੋਂ ਨਿਆਰੀ ਜੀ ਕਸ਼ਮੀਰ ਦੀ ਜੋ ਵਾਦੀਆਂ ਦੀ ਤਾਰੀਫ ਵੇਖਣ ਨੂੰ ਮਿਲਦੀ ਹੈ ਆਦ ਜੋ ਰਚਨਾਮਾ ਨੇ ਜੀ ਇਹਦੇ ਵਿੱਚ ਕੇਂਦਰ ਦੇ ਵਿੱਚ ਕੀ ਵੇਸ਼ਾ ਹੈਗਾ ਪ੍ਰਕਿਰਤੀ ਹੈਗੀ ਹੈ ਕੁਦਰਤ ਹੈਗੀ ਹੈ ਕੁਦਰਤ ਨੂੰ ਰੂਪਮਾਨ ਕੀਤਾ ਹੋਇਆ ਵੇਖਣ ਨੂੰ ਮਿਲਦਾ ਜੋ ਨਿੱਕੀਆਂ ਕਵਤਾਵਾਂ ਨੇ ਜੀ ਉਹਨਾਂ ਦੇ ਵਿਸ਼ੇ ਕਿਸ ਤਰ੍ਹਾਂ ਦੇ ਨੇ ਜੀ ਕਾਫੀ ਬਨ ਗਈ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਜਿਸ ਦੇ ਵਿੱਚ ਕੁਦਰਤ ਲਈ ਕਹੋ ਜੀ ਰੱਬ ਦਾ ਝਲਕਾਰਾ ਦੇਖਣ ਨੂੰ ਮਿਲਦਾਗਾ ਜੀ ਤੇ ਕੁਝ ਪ੍ਰਗੀਤਿਕ ਕਵਤਾਵਾਂ ਵੀ ਨੇ ਜੀ ਇਹਦੇ ਵਿੱਚ ਕੈਟਾਗਰੀ ਦੇ ਵਿੱਚ ਪੰਜਾਬੀ ਦੇ ਵਿੱਚ ਕਹੋ ਜੀ ਪ੍ਰਗੀਤਿਕ ਕਵਤਾ ਦਾ ਮੋਢੀ ਕਿਹਨੂੰ ਮੰਨਿਆ ਜਾਂਦਾ ਜੀ ਭਾਈ ਵੀਰ ਸਿੰਘ ਨੂੰ ਜਿਸ ਦਾ ਆਪਾਂ ਕੰਮ ਦੀ ਕਲਾਈ ਦਾ ਜ਼ਿਕਰ ਕਰਦੇ ਹਾਂ ਜੀ ਇਹ ਇੱਕ ਪ੍ਰਗੀਤਿਕ ਰਚਨਾ ਹੈਗੀ ਆ ਇਹ ਨੋਟ ਕਰ ਲੈਣਾ ਜੀ ਉਹਦੀਆਂ ਕੁਝ ਲੈਣਾ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸਤਾ ਗਲ ਬਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕਮ ਦੀ ਰਹੀ ਕਲਾ ਦੀ ਬਹੁਤ ਹੀ ਪ੍ਰਸਿੱਧ ਰਚਨਾ ਹੈਗੀ ਆ ਉਹਨਾਂ ਦੀ ਤੇ ਪਰਗੀਤ ਹੈ ਖਾਸ ਤੌਰ ਤੇ ਨੋਟ ਕਰ ਲੈ ਇਹ ਉਸ ਤੋਂ ਕੁਝ ਅਗਨੀਆਂ ਲੈਣਾ ਨੇ ਜੀ ਖਾਸ ਤੌਰ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਭਾਈ ਵੀਰ ਸਿੰਘ ਦੀਆਂ ਜੋ ਲੰਮੀਆਂ ਕਵਤਾਵਾਂ ਹਨ ਉਹ ਕਿਸ ਤਰ੍ਹਾਂ ਦੀਆਂ ਨੇ ਉਸ ਦੇ ਵਿੱਚ ਵਿਸ਼ੇ ਕਿਸ ਤਰ੍ਹਾਂ ਦੇ ਨੇ ਫਰਾ ਮੁਰਜ ਦੀ ਜੋ ਵੇਰਕਣੀ ਹੈ ਇਹ ਵੇਖਣ ਨੂੰ ਮਿਲਦੀ ਹੈ ਜੀ ਇਸ ਦੇ ਵਿੱਚ ਕੀ ਚੀਜ਼ ਪੇਸ਼ ਕੀਤੀ ਗਈ ਹੈ ਇਹ ਇੱਕ ਪਿਆਰ ਦੇ ਕੈਲੋਜੀ ਕੁਠੇ ਹੋਏ ਆਪ ਪਿਆਰ ਨਾਲ ਸੰਬੰਧਿਤ ਕੈਲੋਜੀ ਦਿਲ ਦੀ ਵਾਰਤਲਾਬ ਹੈਗੀ ਹੈ ਨਰੋਲ ਵੈਨਿਕ ਸੁਰ ਦੇ ਵਿੱਚ ਹੈ ਇਹ ਨੋਟ ਕਰ ਲੈਣਾ ਜੀ ਕਿਹੜੇ ਸੁਰ ਦੇ ਵਿੱਚ ਹੈ ਵੈਨਿਕ ਦੇ ਵਿੱਚ ਹੈ ਇਹਦੀਆਂ ਪੰਕਤੀਆਂ ਕਿੰਨੀਆਂ ਨੇ ਜੀ 122 ਮੋੜਲੀਆਂ ਕਹੋ ਜੀ ਆਪਾਂ ਗੱਲਬਾਤ ਕਰੀਏ 17 ਜੋ ਬਰਾਦਰੀਆਂ ਦਾ ਆਪਾਂ ਗੱਲ ਕਰਦੇ ਆਂ ਜੀ ਉਹਨਾਂ ਦਾ ਜ਼ਿਕਰ ਨੂੰ ਮਿਲਦਾ ਜੀ ਉਸ ਤੋਂ ਇਲਾਵਾ ਜਿਸ ਦੇ ਵਿੱਚ ਫਰਾ ਮੁਰਜ਼ਾ ਜੋ ਸੁੱਤਾ ਪਿਆ ਸੀ ਤੇ ਅਗਲੀਆਂ 105 ਪੰਕਤੀਆਂ ਦੇ ਵਿੱਚ ਜੋ ਫਰਾ ਮੁਰਜ਼ਾ ਆਪਣੀ ਪ੍ਰੇਮਿਕਾ ਦੇ ਨਾਲ ਸੰਬੰਧਤ ਜੋ ਲਾਲਾ ਰੁਖ ਦੀ ਸ਼ੂ ਲਈ ਜੋ ਬਿਲਕਣੀ ਹੈ ਉਹ ਸੁਣ ਪੇਸ਼ ਕੀਤਾ ਗਿਆ ਹੈ। ਇਹ ਖਾਸ ਤੌਰ ਤੇ ਨੋਟ ਕਰ ਲੈਣਾ ਜੀ ਜੋ ਬਿਲਕਣੀ ਹੈ ਭਾਵ ਵਿਛੋੜਾ ਹੈਗਾਗਾ ਉਸ ਨੂੰ ਵੇਖਣ ਨੂੰ ਮਿਲਦਾਗਾ। ਇਹ ਕਿਹੜੀਆਂ ਕਿਹੜੀਆਂ ਪੰਕਤੀਆਂ ਨੇ ਕਿਸ ਤਰ੍ਹਾਂ ਪੰਕਤੀਆਂ ਨੂੰ ਵੰਡ ਕੀਤੀ ਗਈ ਹੈ ਇਹ ਨੋਟ ਕਰ ਲਿਓ ਜੀ ਉਸ ਤੋਂ ਬਾਅਦ ਪ੍ਰਸਿੱਧ ਹੈਗੀ ਆ ਜੀ ਲੰਮੀ ਕਵਤਾ ਮਰਦ ਦਾ ਕੁੱਤਾ ਇਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਵੇਖਣ ਨੂੰ ਮਿਲਦਾ ਤਾਂ ਉਹਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਬਾਅਦ ਹੋਰ ਇੱਕ ਉਹਨਾਂ ਦੀ ਪ੍ਰਸਿੱਧ ਰਚਨਾ ਹੈਗੀ ਆ ਬੁਲਬੁਲ ਤੇ ਰਾਹੀ ਬਹੁਤ ਪ੍ਰਸਿੱਧ ਰਚਨਾ ਹੈਗੀ ਹੈ ਇਹ ਜਿਹੜੀ ਹੈਗੀ ਆ ਸਤੰਬਰ 1907 ਦੇ ਵਿੱਚ ਨੈਣੀਤਾਲ ਵਿਖੇ ਲਿਖੀ ਗਈ ਸੀ ਖਾਸ ਤੌਰ ਤੇ ਨੋਟ ਕਰ ਲਿਓ ਜੀ ਕਿੱਥੇ ਲਿਖੀ ਗਈ ਹੈ ਜੀ ਨੈਣੀਤਾਲ ਦੇ ਵਿੱਚ 1907 ਦੇ ਵਿੱਚ ਲੰਮੀ ਵਾਰਤਲਾਬੀ ਕਿਵਤਾ ਹੈਗੀ ਆ ਬਲਬਲ ਤੇ ਰਾਹੀ ਦੇ ਆਪਸੀ ਸੰਵਾਦ ਹੈ ਇਹ ਨਾਂ ਤੋਂ ਹੀ ਪਤਾ ਲੱਗ ਜਾਂਦਾ ਜੀ ਬਲਬਲ ਤੇ ਰਾਹੀ ਜੋ ਹੁੰਦਾ ਜੀ ਉਸ ਦੀ ਵਾਰਤਲਾਬ ਨੇ ਜੀ ਬਲਬਲ ਨੂੰ ਬਹਾਰ ਦੇ ਮੌਸਮ ਵਿੱਚ ਫੜ ਕੇ ਪਿੰਜਰੇ ਵਿੱਚ ਪਾ ਲਿਆ ਜਾਂਦਾ ਤੇ ਕੋਈ ਚੇਰ ਪਿੱਛੋਂ ਇੱਕ ਬੱਚੇ ਪਾਸੋਂ ਤਾਂਕਿ ਖੁੱਲੀ ਖੁੱਲੀ ਜਾਂਦੀ ਹੈ ਤੇ ਬਲਬਲ ਆਜ਼ਾਦ ਹੋ ਜਾਂਦੀ ਹੈ ਪ੍ਰੰਤੂ ਜਦੋਂ ਉਹ ਬਾਗ ਦੇ ਵਿੱਚ ਆਉਂਦੀ ਹੈ ਤਾਂ ਪਤ ਝੜ ਦਾ ਮੌਸਮ ਹੁੰਦਾ ਹੈਗਾ ਤੇ ਬਾਗ ਕੀ ਵੇਖਦੇ ਆਂ ਆਪਾਂ ਖਾਸ ਤੌਰ ਤੇ ਜੀ ਇਹ ਪੋਇਮ ਦੇ ਵਿੱਚ ਬਾਗ ਨੂੰ ਇਸ ਤਰ੍ਹਾਂ ਉਜੜਿਆ ਵੇਖ ਕੇ ਬਲਬਲ ਉਦਾਸ ਹੋ ਜਾਂਦੀ ਹੈ ਤੇ ਵਾਰਤਲਾਬ ਕਰਦੀ ਹੈ ਇਸ ਤਰ੍ਹਾਂ ਕਵਿਤਾ ਦੇ ਰਾਹੀਂ ਪਰਿਵਰਤਨ ਦੇ ਨਿਜ਼ਮ ਤੋਂ ਜਾਣੂ ਕਰਵਾਇਆ ਜਾਂਦਾ ਹੈਗਾ ਖਾਸ ਤੌਰ ਤੇ ਨੋਟ ਕਰ ਲੈਣਾ ਜੀ ਇਹਦੇ ਵਿੱਚ ਕਿਹੜਾ ਨਿਜ਼ਮ ਕਰਾਇਆ ਜਾਂਦਾ ਕਿ ਪਰਿਵਰਤਨ ਆਉਣਾ ਬੜਾ ਲਾਜ਼ਮੀ ਹੈ ਹਰ ਇੱਕ ਚੀਜ਼ ਦੇ ਵਿੱਚ ਤਾਂ ਇਸ ਕਵਿਤਾ ਦੇ ਰਾਹੀਂ ਉਹ ਪੇਸ਼ ਕੀਤਾ ਗਿਆ ਇੱਕ ਬਲਬਲ ਹੈ ਜੋ ਰਾਹੀ ਦੇ ਸੰਵਾਦ ਨੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਮੌਸਮ ਜਦੋਂ ਆਉਂਦਾ ਹੈ ਬਹਾਰ ਦੇ ਉਦੋਂ ਬੁਲਬੁਲ ਨੂੰ ਫੜ ਲਿਆ ਜਾਂਦਾ ਇੱਕ ਬੱਚੇ ਦੇ ਰਾਹੀਂ ਫਿਰ ਹੱਥੋਂ ਉਹਨੂੰ ਕਹਿ ਲੋ ਜੀ ਆਜ਼ਾਦ ਕਰਵਾਇਆ ਜਾਂਦਾ ਤੇ ਫਿਰ ਜਦੋਂ ਆਜ਼ਾਦ ਹੋ ਕੇ ਵਾਪਸ ਬਾਗ ਦੇ ਵਿੱਚ ਆਉਂਦੀ ਹੈ ਤਾਂ ਉਦੋਂ ਦੇਖਦੇ ਆ ਕਿ ਉਦੋਂ ਮੌਸਮ ਬਦਲ ਚੁੱਕਿਆ ਹੈ ਪਤਝੜ ਦਾ ਮੌਸਮ ਆ ਚੁੱਕਿਆ ਤਾਂ ਉਹ ਕੀ ਹੋ ਜਾਂਦੀ ਹੈ ਬੁਲਬੁਲ ਉਦਾਸ ਹੋ ਜਾਂਦੀ ਹੈ ਤਾਂ ਉਹਦਾ ਵਾਰਤਲਾਬ ਹੈਗਾ ਤੇ ਉਹ ਵਾਰਤਲਾਬ ਦੇ ਰਾਹੀਂ ਕੀ ਦਰਸਾਇਆ ਜਾਂਦਾ ਕਿ ਪਰਿਵਰਤਨ ਦਾ ਨਿਜ਼ਮ ਬੜਾ ਜ਼ਰੂਰੀ ਹੈ ਖਾਸ ਤੌਰ ਤੇ ਬੜੀ ਆਪਾਂ ਨੂੰ ਗੱਲ ਵੇਖਣ ਨੂੰ ਮਿਲਦੀ ਆ ਕਿ ਪਰਵਰਤਨ ਦੇ ਨਿਯਮ ਤੋਂ ਜਾਣੀ ਕਰ। ਇਸ ਤੋਂ ਇਲਾਵਾ ਜੀ ਜੋ ਹੋਰ ਕਵਤਾਵਾਂ ਨੇ ਖਾਸ ਤੌਰ ਤੇ ਲਮੇਰੀਆਂ ਜੀ ਇਹ ਪਪਾ ਹੈਗਾ। ਪੁਸ਼ਪਾਵਤੀ ਚੰਦਰਾਵਰਤ ਜੋ ਪ੍ਰੇਮ ਦਾ ਸੰਕਲਪ ਹੈ ਜੀ ਇਹ ਖਾਸ ਤੌਰ ਤੇ ਨੋਟ ਕਰ ਲਿਓ ਜੀ ਉਹਨਾਂ ਦੀਆਂ ਲਮੇਰੀਆਂ ਹੋਰ ਕਵਤਾਵਾਂ ਕਿਹੜੀਆਂ-ਕਿਹੜੀਆਂ ਨੇ ਕਈ ਯਾਰ ਨਾਮ ਪੁੱਛ ਲੈਂਦੇ ਨੇ ਪੁਸ਼ਪਾਵਤੀ ਤੇ ਚੰਦਰਾ ਵਰਤ ਦਾ ਪ੍ਰੇਮ ਸੰਕਲਪ ਹੈ ਜੀਵਨ ਕੀ ਹੈ ਜੀਵਨ ਦੇ ਰਿਹੱਸ ਦੀ ਗੱਲਬਾਤ ਕੀਤੀ ਹੈ। ਹੁੰਡਿਆ ਤੋਤਾ ਜੋ ਕਹ ਲੋ ਜੀ ਹੱਕ ਨ ਹੱਕ ਦੀ ਗੱਲ ਕਰਦਾਗਾ ਉਸ ਤੋਂ ਬਾਅਦ ਬਿਸਮਿਲ ਮੋਰ ਜੋ ਨਮੀ ਸਬਤਾ ਦੇ ਅਸਰ ਹੇਠ ਹੋ ਰਹੀ ਹਿੰਸਾ ਅਤੇ ਐਸ ਪ੍ਰਸਤੀ ਦਾ ਵਿਰੋਧ ਕਰਦਾ ਗੰਗਾ ਰਾਮ ਜੋ ਤੋਤੇ ਦੀ ਕਲੋਸ ਤੰਤਰਤਾ ਦਾ ਸੰਕਰਪ ਹੈ ਇਹ ਕੁਝ ਲੁਮੇਰੀਆਂ ਕਵਤਾਵਾਂ ਨਹੀਂ ਜੀ ਉਹਨਾਂ ਦਾ ਜ਼ਿਕਰ ਕੀਤਾ ਹੋਇਆ ਮਿਲਦਾ ਕਿ ਕਿਸ ਤਰ੍ਹਾਂ ਦਾ ਉਹਦੇ ਵਿੱਚ ਵਿਸ਼ਾ ਪੇਸ਼ ਕੀਤਾ ਗਿਆ ਵੇਖਣ ਨੂੰ ਮਿਲਦਾ ਇਹ ਦੱਸਿਆ ਗਿਆ ਸੀ ਆਪਾਂ ਗੱਲ ਕਰਦੇ ਹਾਂ ਜੀ ਹੋਰ ਕਵਤਾਵਾਂ ਦੇ ਅਟਕ ਦੇ ਵਿੱਚ ਭਾਰਤੀ ਇਤਿਹਾਸ ਦਾ ਕਹਿ ਲੋ ਜੀ ਦੁਖਾਂਤਮਈ ਪੱਖ ਪੇਸ਼ ਨੂੰ ਇਹ ਪੇਸ਼ ਕੀਤਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਹੈਗੀ ਆ ਕੁਤਮ ਦੀ ਲਾਟ ਜੋ ਸੁੰਦਰਿਆ ਸਭਿਆਚਾਰ ਦੀ ਸਮਿਲਤਾ ਦਾ ਪੇਸ਼ ਕਰਦੀ ਪੇਸ਼ਕਾਰੀ ਕੀਤੀ ਹੈ ਜੀ ਇਹ ਸਾਰੀਆਂ ਕਵਤਾਵਾਂ ਨੇ ਜੀ ਜੋ ਆਪਣੇ ਅਰਸ਼ੀ ਰੰਗਾਂ ਨੂੰ ਵਖੇਰਿਆ ਗਿਆ ਸੀ ਇਹਨਾਂ ਕਵਤਾਵਾਂ ਦੇ ਅਲੱਗ-ਅਲੱਗ ਰੰਗ ਨੇ ਜੀ ਅਲੱਗ-ਅਲੱਗ ਵਿਸ਼ੇ ਨੇ ਇਹ ਆਪਾਂ ਨੂੰ ਪੇਸ਼ ਹੋਏ ਵੇਖਣ ਨੂੰ ਮਿਲਦੇ ਆ ਜੀ ਖਾਸ ਤੌਰ ਤੇ ਤੇ ਲੰਮੀਆ ਕਵਤਾਵਾਨੀ ਇਹਨਾਂ ਦੇ ਵਿੱਚ ਖਾਸ ਗੱਲਾਂ ਨੂੰ ਪੇਸ਼ ਕੀਤਾ ਹੋਇਆ ਵਿਖਣ ਨੂੰ ਮਿਲਦਾ ਤੇ ਕਾਫੀ ਜਿਆਦਾ ਪ੍ਰਸਿੱਧ ਹੁੰਦੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਜੀ ਭਾਈ ਵੀਰ ਸਿੰਘ ਨੂੰ ਕਿਹੜੇ ਕਿਹੜੇ ਸਨਮਾਨਾਂ ਦੇ ਨਾਲ ਨਵਾਜਿਆ ਗਿਆ ਜੀ ਉਹਨਾਂ ਦੀ ਗੱਲਬਾਤ ਕਰਦੇ ਹਾਂ ਤੇ ਭਾਈ ਵੀਰ ਸਿੰਘ ਨੂੰ ਆਪਾਂ ਗੱਲ ਕਰੀਏ ਜੀ ਸਹਿਤਿਕ ਸੁਭਾਵਾਂ ਨੂੰ ਮੁੱਖ ਰੱਖ ਕੇ ਜੀ ਪੰਜਾਬ ਯੂਨੀਵਰਸਿਟੀ ਨੇ ਕਦੋਂ ਜੀ 1949 ਦੇ ਵਿੱਚ ਡਾਕਟਰ ਡੀਲੈਟ ਦੀ ਉਪਾਦੀ ਦਿੱਤੀ ਸੀਗੀ ਜੀ ਖਾਸ ਤੌਰ ਤੇ ਨੋਟ ਕਰ ਲਿਓ ਜੀ ਡਾਕਟਰ ਆਫ orientation learning ਦੀ ਠੀਕ ਹੈ ਜੀ ਡੀਲਟ ਦੀ ਆਪਾਂ ਉਪਾਦੀ ਬੋਲਦੇ ਆਂ ਜੀ ਇਹ ਦਿੱਤੀ ਗਈ ਸੀ ਜੀ ਉਸ ਤੋਂ ਬਾਅਦ ਜੋ ਮਹਿਕਮਾ ਹੈਗਾ ਜੀ ਪੰਜਾਬ ਵੱਲੋਂ ਭਾਸ਼ਾ ਭਵਾ ਬੋਲਦੇ ਆਂ ਆਪਾਂ ਉਸ ਨੂੰ ਭਾਸ਼ਾ ਵਿਭਾਗ ਦੇ ਵੱਲੋਂ 1955 ਦੇ ਵਿੱਚ ਭਾਈ ਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸੀ ਇਹ ਨੋਟ ਕਰ ਲਓ ਜੀ ਡੀਲਟ ਦੀ ਉਪਾਦੀ ਦਿੱਤੀ ਗਈ ਆ ਭਾਸ਼ਾ ਭਾਗ ਨੇ ਵਿਭਾਗ ਦੀ ਆਪਾਂ ਗੱਲ ਕਰੀਏ ਜੀ ਉਹਨਾਂ ਨੇ ਸਨਮਾਨਿਤ ਕੀਤਾ 52 ਦੇ ਵਿੱਚ ਉਹ ਕੀ ਆ ਜੀ ਪੰਜਾਬ ਵਿਧਾਨ ਸਭਾ ਕੌਂਸਲ ਦੇ ਲਈ ਕੀ ਹੁੰਦਾਗਾ ਉਹਨਾਂ ਦਾ ਮੈਂਬਰ ਨਾਮਜ਼ਦ ਕੀਤਾ ਜਾਂਦਾ 1952 ਦੀ ਗੱਲਬਾਤ ਕਰੀਏ ਜੀ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ 53 ਦੀ ਆਪਾਂ ਗੱਲ ਕਰਦੇ ਹਾਂ ਜੀ ਭਾਈ ਵੀਰ ਸਿੰਘ ਨੂੰ ਕੀ ਵੇਖਣ ਨੂੰ ਮਿਲਦਾ ਜੀ ਭਾਈ ਵੀਰ ਸਿੰਘ ਨੂੰ ਵਿਦਿਅਕ ਕਾਨਫਰੰਸ ਦੇ ਲਈ ਕਹੋ ਜੀ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਜਾਂ ਆਪਾਂ ਗੱਲ ਕਰੀਏ ਜੀ 1954 ਦੇ ਵਿੱਚ ਉਹਨਾਂ ਨੂੰ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਸੀ 55 ਦੀ ਗੱਲਬਾਤ ਕਰੀਏ ਜੀ ਉਹਨਾਂ ਨੂੰ ਸਹਿਤ ਆਕਾਦਮੀ ਪੁਰਸਕਾਰ ਦਿੱਤਾ ਗਿਆ ਸੀ ਤੇ 5000 ਰੁਪਏ ਮਿਲੇ ਸੀ ਪਹਿਲੀ ਵਾਰ ਜਾਂ ਆਪਾਂ ਸਹਿਤ ਆਕਾਦਮੀ ਪੁਰਸਕਾਰ ਦੀ ਗੱਲਬਾਤ ਕਰੀਏ ਤਾਂ ਭਾਈ ਵੀਰ ਸਿੰਘ ਨੂੰ ਮਿਲਦਾ ਜੀ 56 ਦੇ ਵਿੱਚ ਉਹਨਾਂ ਨੂੰ ਪਦਮ ਭੂਸ਼ਣ ਦਾ ਜੋ ਅਵਾਰਡ ਹੈ ਜੀ ਉਸ ਦੇ ਨਾਲ ਨਮਾਜ਼ ਜਾਏਗਾ ਸੀ ਖਾਸ ਤੌਰ ਤੇ ਨੋਟ ਕਰ ਲੈਣਾ ਜੀ ਕਿਹੜੇ ਕਿਹੜੇ ਅਵਾਰਡ ਉਹਨਾਂ ਨੂੰ ਦਿੱਤੇ ਗਏ ਨੇ ਡੀ ਲਿਟ ਦੀ ਉਪਾਦੀ ਦੀ ਗੱਲ ਕਰੀਏ ਜੀ ਭਾਸ਼ਾ ਵਿਭਾਗ ਦੀ ਗੱਲ ਕਰੀਏ ਜੀ ਜੋ ਮੈਂਬਰ ਨਾਮਜ਼ਦ ਕੀਤਾ ਗਿਆ ਸੀਗਾ ਜੀ ਅਭਿਨੰਦਨ ਗ੍ਰਾਂਥ ਦੀ ਗੱਲ ਕਰਦਿਆਂ ਜੀ ਉਸ ਤੋਂ ਬਾਅਦ ਸੈਤ ਕਾਦਮੀ ਪੁਰਸਕਾਰ ਵੀ ਦਿੱਤਾ ਗਿਆ ਤੇ ਪਦਮ ਪੂਸ਼ਣ ਜੋਵਾਰ ਉਹਨਾਂ ਨੂੰ ਪ੍ਰਾਪਤ ਹੋਇਆ ਇਹ ਸਾਰੇ ਇਸ ਤੋਂ ਇਲਾਵਾ ਹੋਰ ਅਨੇਕਾ ਜੋ ਨਾਮ ਨੇ ਜੀ ਉਹਨਾਂ ਨੂੰ ਦਿੱਤੇ ਗਏ ਨੇ ਜਿਨ੍ਹਾਂ ਦਾ ਆਪਾਂ ਗੱਲਬਾਤ ਕਰਤੀ ਸੀ ਧੰਵਾਦ ਜੀ ਵੀਡੀਓ ਨੂੰ ਵੇਖਣ ਦੇ ਲਈ ਜੋ ਆਪਣੀਆਂ ਮਾਸਟਰ ਕਲਾ ਪੰਜਾਬੀ ਤੇ ਮਾਸਟਰ ਕਲਾ ਹਸਤੀ ਨਾਲ ਕਲਾਸਾਂ ਚੱਲ ਰਹੀਆਂ ਨੇ ਜੀ ਉਹਨਾਂ ਨਾਲ ਤੁਸੀਂ ਜੁੜ ਸਕਦੇ ਹੋ ਤੁਹਾਡੀ ਸਕਰੀਨ ਤੇ ਨੰਬਰ ਹੈਗਾ ਉਸ ਤੇ ਮੈਸੇਜ ਕਰਕੇ ਇਸ ਤੋਂ ਲਾਵਾ ਜੀ ਜਨਵਰੀ ਦੇ ਵਿੱਚ ਲੋਹੜੀ ਤੋਂ ਬਾਅਦ ਕਲਾਸਾਂ ਸੀਟੈਟ ਤੇ ਨੈਟ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ ਜੀ ਉਹਨਾਂ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਤੁਹਾਡੀ ਸਕਰੀਨ ਤੇ ਨੰਬਰ 6 ਹੋ ਰਿਹਾ ਜੀ ਉਸ ਤੇ ਤੁਸੀਂ ਆਪ ਦਾ ਨਾਮ ਤੇ ਸਿਟੀ ਦਾ ਨਾਮ ਲਿਖ ਕੇ ਮੈਸੇਜ ਕਰਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਆਪਦੇ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਆਪਾਂ ਅਪਰਾਲੀ ਕਰ ਰਹੇ ਹਾਂ ਉਹ ਤੁਹਾਡੇ ਤੱਕ ਪਹੁੰਚਦੇ ਰਹਿਣ ਜੋ ਵੀਡੀਓ ਅਪਡੇਟ ਕਰਦੇ ਆ ਜੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੇ ਆ ਜੀ ਅਗਲੀ ਵੀਡੀਓ ਚ ਅਗਲੇ ਟੌਪਿਕ ਨੂੰ ਲੈ ਕੇ ਧੰਨਵਾਦ ਜੀ